ਮੈਂ ਜਦੋਂ ਨਹੀਂ ਸੀਗਾ ਵਿੱਚ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਕਿ ਜਿੰਨੇ ਵੀ ਆਰਟਿਸਟ ਆ ਇਹ ਸਾਰੇ ਇੱਕ ਦੂਸਰੇ ਨੂੰ ਬਹੁਤ ਪਿਆਰ ਕਰਦੇ ਆ ਪਰ ਮੈਨੂੰ ਜਦੋਂ ਮੈਂ ਇੰਡਸਟਰੀ ਚ ਆ ਗਿਆ ਮੈਨੂੰ ਇਦਾਂ ਲੱਗਿਆ ਕਿ ਇਹ ਅਸਲ ਚ ਕੋਈ ਵੀ ਇੱਕ ਦੂਸਰੇ ਦਾ ਨਹੀਂ ਹੈ ਫਿਲਮ ਲਾਈਨ ਵਿੱਚ ਜਿਹੜੀ ਯੂਨਿਟੀ ਹੈ ਉਸ ਸਿੰਗਿੰਗ ਫੀਲਡ ਵਿੱਚ ਨਹੀਂ ਇੱਥੇ ਇੱਥੇ Let me tell you that ਮੁੰਬਈ ਵਿੱਚ ਅਭਿਜੀਤ ਕੁਮਾਰ ਸਾਨੂ ਇਸਾਰੇ ਬੈਠ ਕੇ ਨਾਲ ਮਖੌਲ ਕਰਨਗੇ ਪਰ ਪੰਜਾਬ ਦੇ ਸਿੰਗਰਸ ਵਿੱਚ ਆਪਣੀ ਆਪਣੀ ਸਾਰਿਆਂ ਦੀ ਨਹੀਂ ਇੱਥੇ ਵੀ ਹੈਗੀ ਹੈ ਪਰ ਇੱਥੇ ਪਾਰਟिकुलर ਉਹ ਗਰੁੱਪ ਬਣੇ ਹੋਏ ਸੱਚੀ ਕਾਲ ਮੈਂ ਹਾਂ ਸ੍ਰੀਲੀ ਤੇ ਅੱਜ ਮੇਰੇ ਨਾਲ ਨੇ ਤਿੰਨ ਐਹੋ ਜੇ ਮਹਿਮਾਨ ਜਨਾ ਵਿੱਚੋਂ ਇੱਕ ਬੜੇ ਲੰਬੇ ਵਕਫੇ ਤੋਂ ਬਾਅਦ ਇੰਡਸਟਰੀ ਚ ਉtre ਨੇ ਇਹ ਇੰਡਸਟਰੀ ਦੇ ਫਰਸਟ ਫੀਮੇਲ ਡਾਇਰੈਕਟਰ ਵੀ ਨੇ ਤੇ ਇੱਕ ਦਮ ਘੈਂਟ ਅਦਾਕਾਰਾ ਉਹਨਾਂ ਦੇ ਨਾਲ ਨੇ ਦੋ ਇਹੋ ਜਿਹੇ ਖੂਬਸੂਰਤ ਅਦਾਕਾਰ ਤੇ ਕਲਾਕਾਰ ਜਿਨ੍ਹਾਂ ਚੋਂ ਇੱਕ ਦਾ ਗਾਇਕੀ ਚ ਕੋਈ ਤੋੜ ਨਹੀਂ ਤੇ ਇੱਕ ਦੀ ਐਕਟਿੰਗ ਵੇਖ ਕੇ ਫੈਨਸ ਕਹਿੰਦੇ ਨੇ ਓ ਮਾਈ ਗੋਡ ਜਿਸ ਸ਼ਿਫਤਾਂ ਗਿਨੋਂਨ ਬਹਿ ਗਈ ਤਾਂ ਸਾਰੀ ਇੰਟਰਵਿਊ ਤਾਰੀਫਾਂ ਜੀ ਨਿਕਲ ਜਾਣੀਆਂ ਇਦੂ ਪਹਿਲਾਂ ਕਿ ਮੈਂ ਕੋਈ ਹੋਰ ਸ਼ਿਫਟ ਕਰਾਂ ਆਪਾਂ ਸਵਾਗਤ ਕਰਦੇ ਹਾਂ ਲੈਜੈਂਡ ਪ੍ਰੀਤੀ ਸਪਰੂ ਅਖਿਲ ਐਂਡ ਰੁਬੀਨਾ ਪਾਜਵਾਦਾ ਟੂ ਆਰ ਸ਼ੋ ਦਾ ਕਰਾਸ ਇੰਟਰਵਿਊ ਸੀਜ਼ਨ 2 ਤੁਹਾਡੇ ਆਉਣ ਤੇ ਮਾਹੌਲ ਤਾਂ ਬਣ ਹੀ ਗਿਆ ਹੁਣ ਸਵਾਲਾਂ ਜਵਾਬਾਂ ਵਾਲੇ ਵੀ ਪੂਰੇ ਚਿਬ ਕੱਢਣੇ ਆ ਕਿਉਂਕਿ ਸੁਰੀਲੀ ਮੌਕਾ ਦਿੰਦੀ ਹੈ ਇੱਕ ਦੂਜੇ ਨੂੰ ਸਵਾਲ ਪੁੱਛਣ ਦਾ ਪ੍ਰੀਤੀ ਜੀ ਨਾਓ ਓਵਰ ਟੂ ਯੂ ਮੇਰਾ ਸਵਾਲ ਤੁਹਾਡੇ ਦੋਵਾਂ ਲਈ ਹੈ ਤੁਸੀਂ ਯੰਗ ਜਨਰੇਸ਼ਨ ਹੋ ਹਾਂ ਜਦ ਤੁਸੀਂ ਮੇਰੇ ਏਜ ਤੇ ਆਓਗੇ ਤੇ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡਾ ਕੈਰੀਅਰ ਕਿਵੇਂ ਜਾ ਰਿਹਾ ਹੋਏ ਆ ਗੋ ਫਰਸਟ ਸੋ ਆਮ ਕਰੀਅਰ ਵਾਈਜ਼ ਵੈਲ ਆਈ ਊਡ ਸੇ ਕਿ ਮੈਂ ਆਫ ਦੀ ਜਿਵੇਂ ਮੇਰਾ ਕਰੀਅਰ ਜਾ ਰਿਹਾ ਐ ਐਂਡ ਮੇਰੀ ਜ਼ਿੰਦਗੀ ਜਾ ਰਹੀ ਐ ਆਈ ਥਿੰਕ ਆਮ ਮੈਂ ਬਹੁਤ ਖੁਸ਼ ਹਾਂ ਆਮ ਆਮ ਵੈਰੀ ਹੈਪੀ ਇਨ ਲਾਈਫ ਮਾਈ ਫਾਈਵ ਸੈਂਸਸ ਮੈਂ ਹਮੇਸ਼ਾ ਕਹਿੰਦੀ ਰਹਿੰਦੀ ਹਾਂ ਕਿ ਯੂ نو ਮੇਰੇ ਫਾਈਵ ਸੈਂਸਸ ਕੰਮ ਕਰ ਰਿਹਾ ਤੇ ਛੱਤ ਮੇਰੇ ਉੱਪਰ ਆ ਖਾਣਾ ਮੇਰੇ ਸਾਹਮਣੇ ਪਿਆ ਸੋ ਆਮ ਵੈਰੀ ਹੈਪੀ ਇਨ ਮਾਈ ਲਾਈਫ ਐਂਡ ਜਿਵੇਂ ਮੇਰੀ ਜ਼ਿੰਦਗੀ ਜਾ ਰਹੀ ਆ ਫੈਮਲੀ ਆ ਸੋ ਆਮ ਆਮ ਹੈਪੀ ਐਂਡ ਮੀ نو ਕਮ ਕਮ ਵੀ ਮਿਲ ਰਿਹਾ ਇਟਸ ਵੈਰੀ ਯਾ ਟੂ ਬੀ ਕੰਟੈਂਟ ਯੈਸ ਵੈਰੀ ਨਾਈਸ ਯੈਸ ਤੇ ਮੈਂ ਇਹ ਚਾਹੂੰਗਾ ਕਿ ਜਦੋਂ ਮੈਂ ਤੁਹਾਡੀ ਏਜ ਤੱਕ ਤੱਕ ਪਹੁੰਚਾਂ ਐਜ਼ ਐਨ ਆਰਟਿਸਟ ਮੈਂ ਕਾਫੀ ਚੀਜ਼ਾਂ ਇਦਾਂ ਦੀਆਂ ਡਿਲੀਵਰ ਕਰ ਦਵਾਂ ਜੋ ਮੈਂ ਸੋਚੀਆਂ ਹੋਈਆਂ ਜਿਹੜੇ ਗਾਣੇ ਮੈਂ ਸੋਚੇ ਹੋਏ ਆਪਣੇ ਕਿਉਂਕਿ ਮੈਂ 10 ਮੈਂ ਇਹਦਾ ਸੋਚਦਾ ਕਿ ਮੇਰਾ ਕੰਪੀਟੀਸ਼ਨ ਮੇਰਨ ਵਾਲੀ ਆ ਮੈਂ ਆਪਣੇ ਗਾਣਿਆਂ ਤੋਂ ਵੱਡੇ ਗਾਣੇ ਕਿਵੇਂ ਬਣਾਉਣੇ ਆ ਮੈਂ ਉਹਦੇ 'ਚ ਹੀ ਲੱਗਾ ਰਹਿਣਾ ਸਾਰਾ ਦਿਨ ਪਿਛਲੇ 1.5 ਸਾਲ ਤੋਂ ਮੈਂ ਸੋ ਨਹੀਂ ਪਾਰਿਆ ਚੰਗੀ ਤਰ੍ਹਾਂ ਕਿਉਂਕਿ ਮੈਨੂੰ ਖਾਬ ਤੋਂ ਵੱਡਾ ਗਾਣਾ ਬਣਾਉਣਾ ਤੇ ਮੈਂ ਹਰ ਹਰ ਰੋਜ਼ ਇਦਾਂ ਦੇ ਵਰਡ ਸੋਚਦਾ ਇਦਾਂ ਦੇ ਸ਼ਬਦ ਲੱਭਦਾ ਜਾਂ ਉਸ ਪ੍ਰੋਸੈਸ 'ਚ ਲੱਗਾ ਹੋਇਆ ਕਿ ਯਾਰ ਮੈਂ ਇੱਕ ਗਾਣਾ ਇਦਾਂ ਦਾ ਕਿਵੇਂ ਦੁਆਰਾ ਬਣਾ ਸਕਦਾ ਕਿ ਜਿਹੜਾ ਫਿਰ ਇੱਕ ਵਾਰ ਆਊਗਾ ਤੇ ਸਾਰੇ ਪਾਸੇ ਛਾ ਜਾਊਗਾ ਸੋ ਮੈਨੂੰ ਨਹੀਂ ਪਤਾ ਉਹ ਬਣਨਾ ਜਾਂ ਨਹੀਂ ਬਣਨਾ ਪਰ ਮੇਰਾ ਪਰ ਮੇਰਾ ਏਮ ਉਹ ਆ ਸੋ ਤੁਹਾਡੀ ਉਮਰ ਤੱਕ ਪਹੁੰਚਦੇ ਪਹੁੰਚਦੇ ਮੈਂ ਸੋਚਦਾ ਕਿ ਮੈਂ ਲੋਕਾਂ ਨੂੰ ਕਾਫੀ ਇਦਾਂ ਦੇ ਗਾਣੇ ਦੇ ਦਵਾ ਜਿਹਦੇ ਕਰਕੇ ਮੇਰੇ ਤੋਂ ਬਾਅਦ ਲੋਕ ਮੈਨੂੰ ਚੇਤੇ ਰੱਖਣ ਆਪਣੇ ਸੁੱਖ ਦੁੱਖ ਚ ਮੇਰੇ ਗਾਣੇ ਲਾਉਣ ਜਾਂ ਕੋਈ ਸੈਡ ਹੋਵੇ ਮੇਰਾ ਸੈਡ ਗਾਣਾ ਸੁਣੇ ਲੋਕੀ ਕਹਿਣ ਕਿ ਹਾਂ ਉਹਨੇ ਜਿੰਨੇ ਵੀ ਗਾਣੇ ਗਾਏ ਕੁਝ ਫਾਲਤੂ ਨਹੀਂ ਗਾਇਆ ਉਹਨੇ ਬਹੁਤ ਵਧੀਆ ਗਾਣੇ ਗਾਏ ਸੋ ਮੇਰਾ ਇਹ ਹੀ ਆ ਕਿ ਲੋਕ ਮੇਰੇ ਤੋਂ ਬਾਅਦ ਮਤਲਬ ਮੈਨੂੰ ਇਹ ਹੈ ਕਿ ਜਦ ਦਿਨ ਮੈਂ ਮਰਾਂ ਦੁਨੀਆ इमोशनल ਹੋ ਗਈ ਰੋ ਰਹੀ ਪਈ ਹੈ ਸੋ ਮੈਂ ਇੱਕ ਗੱਲ ਦੱਸਾਂ ਅਖਿਲ ਤੁਹਾਡੀ ਵੋਇਸ ਵਿੱਚ ਲਾਈਕ ਆਈ ਡੋਨਟ نو ਸਮ ਆਈ ਹੈ ਮੈਂ ਬਹੁਤ سارے ਆਰਟਿਸਟਾਂ ਨੂੰ ਮਤਲਬ ਸੁਣ ਚੁੱਕੀ ਹਾਂ ਬਹੁਤ ਸਾਰੇ ਬਚਪਨ ਤੋਂ ਮੇਰੇ ਮਾਮਾ ਸੀਗੇ ਸ਼ੰਕਰ ਜੈ ਕਿਸ਼ੰਦੇਸ਼ ਸ਼ੰਕਰ ਉਹ ਮੇਰੇ ਮਾਮਾ ਸੀਗੇ ਤੇ ਬਚਪਨ ਤੋਂ ਉਹ ਵੀ 뮤직 ਵੀ ਇੰਨਾ ਸੁਣਿਆ ਯੂ ਹੈਵ ਅ ਵੈਰੀ সুইਟ ਵੋਇਸ ਥੈਂਕ ਯੂ ਹਾਂ ਤੇ ਇੱਕ ਲਾਸਟ ਚੀਜ਼ ਮੈਂ ਇਹ ਚਾਹਣਾ ਕਿ ਮੈਂ ਮੈਂ ਮੰਗੂ ਆਪਣੇ ਆਪ ਨੂੰ ਮੇਨਟੇਨ ਰੱਖ ਸਕਾ ਕਿ ਜਦੋਂ ਮੈਂ ਮੈਮ ਅੱਜ ਵੀ ਲੱਗਦੇ ਕਿ ਅੱਜ ਵੀ ਇੱਕ ਚਾਂਮ ਹੈ ਨਾ ਤਾਂ ਮੈਨੂੰ ਇਹ ਕਿ ਮੈਂ ਜਦੋਂ ਉਸ ਇਹਨਾਂ ਦੀ ਜਗ੍ਹਾ ਤੇ ਪਹੁੰਚਾ ਮੈਂ ਵੀ ਇੰਨੇ ਸੋਹਣਾ ਦੇਖਾਂ ਜਿੰਨਾ ਮੈਮ ਲੱਗਦੇ ਆ ਨਾ ਰੁਬੀਨਾ ਐਨਾਖਿਲ ਜੀ ਤੁਹਾਨੂੰ ਦੋਹਾਂ ਨੂੰ ਇੱਕ ਲਵ ਟ੍ਰਾਇੰਗਲ ਵਿੱਚ ਕਾਸ ਕਿਤਾ ਜਾਏ ਤੇ ਜਿਹੜਾ ਦੂਜਾ ਕੋ ਆਰਟਿਸਟ ਲਵ ਟ੍ਰਾਇੰਗਲ ਵਿੱਚ ਤੁਸੀਂ ਕਿਹਨੂੰ ਪਸੰਦ ਕਰੋਗੇ I would want the Jeet sir and um Gippy sir and Jimmy Shergill sir I would <laughs> have three three legends <laughs> uh, <laughs> any one Anyone of them okay yeah, three of so, them but what about you <laughs> mainu ek time boh pasand hunde si par mainu pata nahi hun ohna da main ek din de instagram dekheya si ohna da naam hai kulraj randa va mm. oh okay mainu boh pasand hunde si main ohna mm. di uh, film bahut ari dekhi aa uh, uh, jehdi Jimmy Jimmy bhai ji de naal si gi te uh, ਤੇਰਾ ਮੇਰਾ ਕੀ ਰਿਸ਼ਤਾ ਫਿਲਮ ਮੇਰੀ ਬਹੁਤ ਫੇਵਰਿਟ ਹੁੰਦੀ ਸੀ ਸੋ ਮੈਂ ਚਾਹੂੰਗਾ ਕਿ ਮੈਂ ਉਹਨਾਂ ਨਾਲ ਹੋਵਾਂ ਜਾਂ ਫਿਰ ਨੀਰੂ ਮੈਮ ਨਾਲ ਵਾ ਨੀਰੂ ਮੈਮ ਬਹੁਤ ਸੋਹਣੇ ਲੱਗਦੇ ਮੈਨੂੰ ਓ ਅਖਿਲ ਜੇ ਤੂੰ ਅਨੂਕੂਈ ਤੂੰ ਕਿਹੜੀ ਚਾਹੀ ਕਵਾਲਿਟੀਆਂ ਮਤਲਬ ਕਿਹੜੀ ਕਵਾਲਿਟੀਆਂ ਤੁਸੀਂ ਚਾਹੁੰਦੇ ਹੋ ਕਿਸੇ ਕੁੜੀ 'ਚ ਹੋਣੀ ਚਾਹੀਦੀ ਹੈ ਜਿੰਨੂੰ ਜੇ ਤੁਹਾਨੂੰ ਉਹ ਕਵਾਲਿਟੀਆਂ ਕਿਸੇ ਕੁੜੀ 'ਚ ਦਿਖ ਜਾਏ ਤੇ ਤੂੰ ਤੁਸੀਂ ਉਹਨੂੰ ਕਹੋ ਕਿ ਤੇਰੀ ਮੇਰੀ ਗੱਲ ਬਣ ਗਈ ਮੈਨੂੰ ਇਹਦਾ ਲੱਗਦਾ ਕਿ ਕੁਆਲਿਟੀਜ਼ ਦਾ ਇੱਕ ਤਾਂ ਸੱਚੀ ਸੁੱਚੀ ਹੋਣੀ ਚਾਹੀਦੀ ਕਿ ਮਤਲਬ ਜੋ ਜੋ ਕਹੇ ਉਹ ਸੱਚ ਹੋਵੇ ਮੈਨੂੰ ਮੈਨੂੰ ਝੂਠ ਵਧੀਆਂ ਨਹੀਂ ਲੱਗਦਾ ਸੋ ਮੈਂ ਵੀ ਜਿੱਦਾਂ ਮੈਨੂੰ ਵੀ ਲੋਕ ਕਹਿੰਦੇ ਕਿ ਤੂੰ ਜ਼ਿਆਦਾ ਹੀ ਸਿੱਧਾ ਹੀ ਮੂੰਹ ਤੇ ਕਹਿ ਦਿੰਦਾ ਕਿ ਥੋੜਾ ਜਿਹਾ ਉਹ ਨਹੀਂ ਕਰਦਾ ਨਾ ਕਿ ਲੁਕੋਂਦਾ ਨਹੀਂ ਹੈ ਸੋ ਇੱਕ ਤਾਂ ਥੋੜੀ ਜੀ ਉਹ ਹੋਣੀ ਚਾਹੀਦੀ ਕਿ ਉਹ ਝੂਠ ਨਾ ਬੋਲਦੀ ਹੋਵੇ ਇੱਕ ਉਹਦੀਆਂ ਅੱਖਾਂ ਸੋਹਣੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਮੈਂ ਮੈਨੂੰ ਇਹਦਾ ਲੱਗਦਾ ਕਿ ਮੈਂ ਅੱਖਾਂ ਨਾਲ ਬਹੁਤ ਜਲਦੀ ਕਨੈਕਟ ਕਰਦਾ ਸੋ ਆਹ ਦੋ ਚੀਜ਼ਾਂ ਮੈਨੂੰ ਬਹੁਤ ਵਧੀਆ ਲੱਗਦੀਆਂ ਕਿ ਇੱਕ ਬੰਦੇ ਦੀ ਬੰਦੇ ਦੀ ਪਰ ਤੇ ਫਿਰ ਕੁੜੀ ਨਾਲ ਗੱਲ ਬਣ ਸਕਦੀ ਸੋ ਕੀਪ ਲੁਕਿੰਗ ਫॉर ਹਿਮ ਮੇਰਾ ਸਵਾਲ ਅਖਿਲ ਹੁਣ ਤੁਹਾਡੇ ਨਾਲ ਹੈ ਕਿ ਜਿਵੇਂ ਰੂਬੀਨਾ ਨੂੰ ਉਹਦੇ ਕੈਰੀਅਰ ਵਿੱਚ ਗਾਈਡ ਕਰਨ ਲਈ ਨੀਰੂ ਸੀਗੀ ਤੁਹਾਡੀ ਫੈਮਿਲੀ ਚ ਕੋਈ ਫਿਲਮ ਲਾਈਨ ਜਾਂ 뮤직 ਲਾਈਨ ਲਈ ਨਹੀਂ ਸੀਗੇ ਨਾ ਤੁਸੀਂ ਕਹਿੰਦੇ ਹੋ ਤੁਸੀਂ ਫਸਟ ਟੂ ਆਪਣੀ ਫੈਮਿਲੀ ਚ ਸਿੰਗਿੰਗ ਲਾਈਨ ਵਿੱਚ ਓਨਲੀ ਤੇ ਤੁਹਾਨੂੰ ਕਿ ਦੇ ਤੋ ਇਨਸਪੀਰੇਸ਼ਨ ਮਿਲੀ ਇਨਸਪੀਰੇਸ਼ਨ ਮੈਨੂੰ ਲੱਗਦਾ ਇਹ ਮੇਰੇ ਚ ਇਨਬਿਲਟੀ ਆਇਆ ਸੀ ਗਾਉਣਾ ਕਿਉਂਕਿ ਮੈਨੂੰ 8ਵੀਂ 9ਵੀਂ ਚ ਜਾ ਕੇ ਤਾਂ ਪਤਾ ਲੱਗਾ ਕਿ ਮੈਂ ਗਾਉਣਾ ਕਿਉਂਕਿ ਸਾਡੇ ਘਰ ਕੋਈ ਰਿਸ਼ਤੇਦਾਰ ਹੋਣਾ ਤੇ ਮੈਨੂੰ ਅੱਗੇ ਕਰ ਦਿੰਦੇ ਹੁੰਦੇ ਸੀ ਕਿ ਗਾਣਾ ਸੁਣਾ ਗਾਣਾ ਸੁਣਾ ਮੇਰੇ ਭਰਾ ਵੱਡੇ ਮੈਨੂੰ ਮੇਰੇ ਵੱਡੇ ਭਰਾ ਨੇ ਬਹੁਤ ਸਪੋਰਟ ਕੀਤਾ ਮੇਰੀ ਜ਼ਿੰਦਗੀ ਚ ਤੇ ਮੈਂ ਹਮੇਸ਼ਾ ਗਾਉਣ ਲੱਪੈਣਾ ਮੇਰੇ ਮਾਮਾ ਜੀ ਹੁਣ ਜਾਂਦੇ ਹੁੰਦੇ ਸੀ ਕੈਨੇਡਾ ਤੋਂ ਉਹਨਾਂ ਨੇ ਮੈਨੂੰ ਕਦੀ 20 ਡਾਲਰ ਦੇ ਦੇਣੇ ਕਦੀ 50 ਦੇ ਦੇਣੇ ਮੈਨੂੰ ਲੱਗਣਾ ਇਹ ਤਾਂ ਕੰਮ ਹੀ ਬਹੁਤ ਵਧੀਆ ਮਤਲਬ ਮੇਰੇ ਤੇ ਦਾਦਾ ਕਈ ਵੇਲੇ ਉਹਨਾਂ ਨੇ ਇੰਡੀਅਨ ਕਰੰਸੀ ਹੋਣੀ ਤੇ ਉਹਨਾਂ ਨੇ ਮੇਰੇ ਪਰ ਆਏ ਸੁੱਟੀ ਜਾਣੇ ਪਾਸੇ ਫਿਰ ਜਦੋਂ ਕਿਸੇ ਰਿਸ਼ਤੇਦਾਰ ਦਾ ਵਿਆਹ ਹੋਣਾ ਸਟੇਜ ਤੇ ਮੈਨੂੰ ਜ਼ਰੂਰ ਚੜਾਉਂਦੇ ਹੁੰਦੇ ਸੀ ਇਨਸਪੀਰੇਸ਼ਨ ਮੇਰਾ ਵੱਡਾ ਭਰਾ ਵੀ ਬਹੁਤ ਰਿਹਾ ਮੇਰੇ ਲਈ ਗੌਂਦ ਜੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਉਹਨੇ ਹੀ ਮੈਨੂੰ ਨਾਨ ਮੈਡੀਕਲ ਜੋ ਬਾਹਰ ਕੱਢ ਕੇ ਮੇਰੀਆਂ 뮤직 ਦੀਆਂ ਫੀਸਾਂ ਪੇ ਕੀਤੀਆਂ ਉਹ ਯੂਕੇ ਹੁੰਦਾ ਸੀ ਫਿਰ ਦੂਸਰੀ ਇਨਸਪੀਰੇਸ਼ਨ ਮੇਰੇ ਮੰਮੀ ਆ ਮੈਂ ਕੋਈ ਵੀ ਗਾਣਾ ਲਿਖਦਾ ਹੁੰਦਾ ਸੀ ਜਾਂ ਕੁਝ ਵੀ ਗਾਉਂਦਾ ਹੁੰਦਾ ਸੀ ਮੇਰੇ ਮੰਮੀ ਨੇ ਮੈਨੂੰ ਹਮੇਸ਼ਾ ਕਦੀ ਇਦਾਂ ਨਹੀਂ ਕਹਿਣਾ ਕਿ ਇਹ ਬਾਲਾ ਹੀ ਵਧੀਆ ਲਿਖਤਾ ਜਾਂ ਕਿਦਾਂ ਮੈਂ ਹਮੇਸ਼ਾ ਉਹਨਾਂ ਨੂੰ ਦਿਖਾਉਂਦਾ ਹੁੰਦਾ ਸੀ ਸੁਣਾਉਂਦਾ ਹੁੰਦਾ ਸੀ ਉਹਨਾਂ ਨਾਲ ਮੇਰੇ ਨਿਊਟਰਲ ਜਵਾਬ ਹੁੰਦਾ ਸੀ ਕਿ ਠੀਕ ਆ ਬੜੀ ਦੁਨੀਆ ਗਾਉਂਦੀ ਆ ਬਹੁਤ ਬਹੁਤ ਬੰਦੇ ਲਿਖ ਲੈਂਦੇ ਆ ਇਹ ਤਾਂ ਕੁਝ ਵੀ ਨਹੀਂ ਤੂੰ ਕੀ ਐ ਮਤਲਬ ਮੇਰੇ ਮੰਮੀ ਨੇ ਹਮੇਸ਼ਾ ਮੈਨੂੰ ਉਹ ਇੱਕ ਦਿੱਤਾ ਬੂਸਟ ਜਿਹਾ ਕਿ ਤੂੰ ਤੂੰ ਹੋਰ ਬੈਟਰ ਕਰ ਇਹ ਠੀਕ ਐ ਇੱਕ ਵਧੀਆ ਗਾਣਾ ਲਿਖਿਆ ਪਰ ਦੁਨੀਆ ਤਾਂ ਬਹੁਤ ਉੱਪਰ ਆ ਤੂੰ ਤੂੰ ਹੋਰ ਟਰਾਈ ਕਰ ਕੁਝ ਵਧੀਆ ਲਿਖਣ ਦੀ ਕੁਝ ਇਦਾਂ ਦਾ ਲਿਖ ਜਿਹੜਾ ਸਾਰੇ ਸਾਰਿਆਂ ਨਾਲ ਰਿਲੇਟ ਕਰਦਾ ਹੋਵੇ ਕੁਝ ਕੁਝ ਬੰਦਿਆਂ ਦੀ ਕਹਾਣੀ ਨਾ ਹੋਵੇ ਕੁਝ ਇਦਾਂ ਦਾ ਲਿਖ ਜਿਹੜਾ ਹਰ ਬੰਦਾ ਕਨੈਕਟ ਕਰ ਸਕੇ ਕਿ ਇਹ ਤਾਂ ਯਾਰ ਮੇਰੀ ਕਹਾਣੀ ਹੈ ਸੋ ਮੇਰੇ ਮੰਮੀ ਮੈਨੂੰ ਇਦਾਂ ਲੱਗਦਾ ਕਿ ਹਮੇਸ਼ਾ ਮੇਰੇ ਬੈਕਅਪ ਤੇ ਰਹਿ ਆ ਜਦੋਂ ਮੈਂ ਸ਼ੂਟ ਤੇ ਵੀ ਚੜਦਾ ਜਾਂ ਮੈਂ ਕਦੇ ਸ਼ੂਟ ਤੇ ਗਾਉਣ ਜਾਂਦਾ ਹੁਣ ਮੈਂ ਇੰਟਰਵਿਊ ਤੇ ਵੀ ਆਇਆ ਮੈਂ ਦੱਸ ਕੇ ਆਉਣਾ ਮੇਰੇ ਮੰਮੀ ਹਮੇਸ਼ਾ ਮੇਰੇ ਲਈ ਪਾਠ ਕਰਦੇ ਪ੍ਰੇਅ ਕਰਦੇ ਆ ਕਿ ਇਹ ਠੀਕ ਠਾਕ ਹੋ ਜਵੇ ਇਹਦੇ ਮੂੰਹੋਂ ਕੁਝ ਇਦਾਂ ਦਾ ਨਾ ਬੋਲਿਆ ਜਾਵੇ ਜਾਵੇ ਜਿਹੜਾ ਲੋਕਾਂ ਨੂੰ ਪਸੰਦੀ ਨਾ ਆਵੇ ਜਾਂ ਮੈਂ ਜਦੋਂ ਸ਼ੋਅ ਤੇ ਰਾਤ ਨੂੰ 2 ਵਜੇ ਵੀ ਇੱਕ ਵੈਡਿੰਗ ਫਿਨਿਸ਼ ਕਰਦਾ ਮੈਂ ਫੋਨ ਕਰ ਮੇਰੇ ਉਹਨਾਂ ਨੂੰ ਇਹ ਹੁੰਦਾ ਕਿ ਇਹ ਸਟੇਜ ਤੇ ਆ ਤੇ ਮੈਂ ਉਦੋਂ ਹੀ ਸੌਂਗੀ ਜਦੋਂ ਮੈਨੂੰ ਫਾਈਨਲ ਆਊਗਾ ਕਿ ਓਕੇ ਹੋ ਗਿਆ ਸਾਰਾ ਕੁਝ ਤੇ ਸੌਂਜੋ ਸੋ ਮੈਨੂੰ ਦੱਲਾਂਦਾ ਮਮੀ ਬਹੁਤ ਵੱਡੀ ਇਨਸਪੀਰੇਸ਼ਨ ਆ ਮੇਰਾ ਭਰਾ ਵੱਡਾ ਬਾਕੀ ਮੇਰੇ ਦੋਸਤ ਤੇ ਤੁਸੀਂ ਸਾਰੇ ਜਿਹੜੇ ਮੇਰੇ ਗਾਣਿਆਂ ਨੂੰ ਇਨਾ ਅਪਰੀਸ਼ੀਏਟ ਕਰਦੇ ਆ ਸਾਰੇ ਲੋਗ 빅 ਫੈਨ ਆਫ ਯੂਰ 뮤직 ਥੈਂਕ ਯੂ ਔਖੇ ਕੋਈ ਕਲਾਕਾਰ ਤੇ ਹੋਏਗਾ ਨਾ ਕੋਈ ਕਲਾਕਾਰ ਜਿਹਦਾ ਗਾਣਾ ਤੁਸੀਂ ਸੁਣ ਕੇ ਮਤਲਬ ਉਸ ਉਸ ਦੇ ਗੀਤ ਨੇ ਇਹ ਉਸ ਕਲਾਕਾਰ ਨੇ ਤੁਹਾਨੂੰ ਇਮਪ੍ਰੈਸ ਕੀਤਾ ਹੋਏ ਕਿ ਤੁਸੀਂ ਸਿੰਗਰ ਬਣੋ ਕੋਈ ਤੇ ਹੋਏਗਾ ਹਾਂਜੀ ਹਾਂਜੀ ਮੈਂ ਹੁਣੇ ਦੱਸ ਕੇ ਟਾਈਮ ਮਨਮੋਹਨ ਵਾਰਿਸ ਭਾਜੀ ਇੱਕ ਸਿੰਗਰ ਬਹੁਤ ਵੱਡੇ ਲੈਜੈਂਡ ਆ ਸੋ ਉਹਨਾਂ ਨੂੰ ਮੈਂ ਸੁਣ ਸੁਣ ਕੇ ਵੱਡਾ ਹੋਇਆ ਮੈਨੂੰ ਇਦਾਂ ਲੱਗਦਾ ਕਿ ਮੈਂ ਉਹਨਾਂ ਨੂੰ ਉਹਨਾਂ ਨੂੰ ਉਸਤਾਦ ਕਹਿ ਸਕਦਾ ਆਪਣਾ ਕਿ ਮੈਂ ਉਹਨਾਂ ਨੂੰ ਕਦੀ ਮਿਲ ਕੇ ਤਾਂ ਨਹੀਂ ਸਿੱਖਿਆ ਪਰ ਮੈਂ ਜਿੰਨਾ ਕੁ ਉਹਨਾਂ ਨੂੰ ਸੁਣਦਾ ਹੁੰਦਾ ਸੀ ਟੀਵੀ 'ਚ ਉਹਨਾਂ ਦੇ ਗਾਣੇ ਮੈਂ ਉਹਨਾਂ ਵਾਂਗੂ ਗਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਜਿਵੇਂ ਮੈਨੂੰ ਕਾਲਜ ਮਿੰਨੀ ਵਾਰਿਸ ਕਹਿੰਦੇ ਹੁੰਦੇ ਸੀ ਕਿ ਅੱਜ ਉਹਦੇ ਮਿੰਨੀ ਵਾਰਿਸ ਆ ਗਿਆ ਸੋ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਸੀ ਵਾਰਿਸ ਭਾਈ ਦੇ ਨਾਲ ਸੋ ਮੈਂ ਉਹਨਾਂ ਦਾ ਗਾਣਾ ਗਾਉਂਦਾ ਹੁੰਦਾ ਸੀ ਦਸ ਸਾਨੂੰ ਛੱਡ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਏ ਉਹ ਉਹ ਗਾਣੇ ਨੇ ਥੋੜਾ ਜਿਹਾ ਮੇਰਾ ਲਾਈਫ 'ਚ ਇੱਕ ਚੇਂਜ ਲੈ ਕੇ ਆਂਦਾ ਜਦੋਂ ਮੈਂ ਉਹ ਲਾਈਵ गा ਕੇ YouTube 'ਤੇ ਪਾਇਆ ਸੀ ਉਹ ਬਹੁਤ ਲੋਕਾਂ ਨੇ ਸ਼ੇਅ ਤੇ ਉਦੋਂ ਲੋਕਾਂ ਨੂੰ ਮੇਰਾ ਥੋੜਾ ਜਿਹਾ ਪਤਾ ਲੱਗਿਆ ਉਦੋਂ 10-15000 YouTube ਤੇ ਵਿਊਜ਼ ਬਹੁਤ ਮੰਨੇ ਜਾਂਦੇ ਸੀ ਮਤਲਬ ਮੇਰੇ ਲਈ ਬਹੁਤ ਵੱਡਾ ਉਹ ਸੀਗਾ ਮੈਨੂੰ ਸੀ ਮੈਨੂੰ 15000 ਬੰਦਾ ਜਾਣਦਾ ਮੇਰੇ ਲਈ ਉਹ ਇੱਕ ਚੇਂਜ ਸੀਗਾ ਮੈਂ ਜਦੋਂ ਬੱਸ ਵਿੱਚ ਆਪਣੇ ਕਾਲਜ ਆ ਰਿਹਾ ਸੀ ਮੈਨੂੰ ਬੜੇ ਲੋਕਾਂ ਨੇ ਪੁੱਛਿਆ ਕਿ ਤੇਰਾ ਉਹ ਗਾਣਾ ਸੁਣਿਆ ਰਤ YouTube ਤੇ ਸੋ ਮਨਮੋਹਨ ਵਾਰਸਪਾ ਜੀ ਮੇਰੀ ਇਨਸਪੀਰੇਸ਼ਨ ਰਹਿ ਅੱਛਾ ਅਖਿਲ ਹੁਣ ਇੱਕ ਇੱਕ ਜਿਹੜਾ ਤੁਹਾਡਾ ਫੇਵਰੇਟ ਕੋਈ ਗਾਣਾ ਹੈ ਨਾ ਫਿਲਮ ਦਾ ਗਾ ਦੋ ਹਾਂ ਤੇਰੀ ਗੱਲ ਬਣ ਗਈ ਤੇਰੀ ਮੇਰੀ ਗੱਲ ਬਣ ਗਈ ਦਾ ਗਾ ਦੋ ਵੈਸੇ ਮੈਂ ਫਿਲਮ ਦਾ ਵੀ ਗਾ ਦਿੰਦਾ ਮੇਰਾ ਇੱਕ ਫੇਵਰਿਟ ਉਦਾਂ ਵੀ ਚੱਲ ਰਿਹਾ ਮੇਰਾ ਆਪਣਾ ਪਰਸਨਲ ਗਾਣਾ ਮੈਂ ਪਹਿਲਾਂ ਕਿਹੜਾ ਸੁਣਾਵਾ ਫਿਲਮ ਦਾ ਨਹੀਂ ਫਿਲਮ ਦਾ ਪਹਿਲੇ ਆਪਣਾ ਨਹੀਂ ਨਹੀਂ ਮੇਰਾ ਫਿਲਮ ਦਾ ਵੀ ਫੇਵਰਿਟ ਹੈ ਪ੍ਰੋਡਿਊਸਰ ਸਾਹਿਬ ਨੂੰ ਹੋ ਗਿਆ ਕਿ ਪਹਿਲਾਂ ਤੂੰ ਹੁਣ ਆਪਣਾ ਹੀ ਸੁਣਾ ਤੇਰੀ ਹੀ ਖੁਸ਼ਬੂ ਹਰ ਜਗ੍ਹਾ ਕੋਲ ਰਹੇ ਤੂੰ ਹੋ ਕੇ ਦੂਰ ਵਾ ਨਹੀਂ ਉਹ ਸਕੀਆਂ ਜਨਤਾ ਜਨਤਾ ਤੇਰੇ ਮੁਖੜੇ ਦੇ ਵਰਗਾ ਨੂੰ ਤੂੰ ਹੀ ਮੈਨੂੰ ਦੱਸ ਤੈਨੂੰ ਖੁਦ ਨਾਲ ਰੱਖਣੇ ਦਾ ਲਾਵਾਂ ਹੁਣ ਬਹਾਨਾ ਕਿਹੜਾ ਮੈਂ ਮੈਂ ਨਾ ਤੇਰੇ ਜਿਹਾ ਹੋਰ ਮਿਲਣਾ ऐ वेनी दीवाना तेरा मैं मैं जे है वी तनयो चाहिदा लब तेरे च जमाना मेरा मैं मैं आ मेरा फेवरेट वन थिंग अबाउट हिज सिंगिंग ना आई थिंक दिस द क्वालिटी आई जस्ट रियलाइज्ड ये दिल से गाता है बहुत hmm. है ना यस yes. uh, दिल से गाते हो ऊपर ऊपर से नहीं ਦਿਲ ਪੇ ਠੇਸ ਖਾਈਏ ਨਹੀਂ ਨਹੀਂ ਕੋਈ ਠੇਸ ਨਹੀਂ ਖਾਈ ਕੋਈ ਠੇਸ ਨਹੀਂ ਖਾਈ ਪੈਸੀ ਇਦੀ ਇਦੀ ਗੋਣਾ ਹੁਣ ਮੇਰਾ ਫਿਲਮ ਦਾ ਜਿਹੜਾ ਮੇਰਾ ਫੇਵਰਿਟ ਗਾਣਾ ਹੈ ਬਲਾਬ ਸਾਡਾ ਹੁਣੀ ਗਾਣਾ ਰਿਲੀਜ਼ ਹੋਇਆ ਮੈਂ ਉਹ ਉਹ ਗਾਣਾ ਹੂੰ ਲੰਘ ਦੇ ਨੇ ਜਿੱਥੋਂ ਵੀ ਹਾਏ ਮੈਂ ਕਾ ਵੰਡ ਦੇ ਨੇ ਬਾਗ ਸੁਹਾਣੇ ਵੀ ਜਿ ਨੂਰ ਮੰਗਦੇ ਨੇ ਮੇਰੀ ਹਾਲਤ ਦਾ ਕੋਈ ਹਾਲ ਪੁੱਛੇ ਤਾਂ ਉਹਨੂੰ ਕੀ ਜਵਾਬ ਦਿਆਂ ਜਿਹੜੇ ਆਪ ਗੁਲਾਬਾਂ ਵਰਗੇ ਨੇ ਉਹਨਾਂ ਨੂੰ ਕਿੰਜ ਗੁਲਾਬ ਦਿਆਂ ਜਿਹੜੇ ਆਪ ਗੁਲਾਬਾਂ ਵਰਗੇ ਨੇ ਉਹਨਾਂ ਨੂੰ ਕਿੰਜ ਗੁਲਾਬ ਦਿਆ ਮਾਈ ਫੇਵਰਟ ਟਾਕ ਬਿਊਟੀਫੁੱਲ ਅਕਿਲ ਥੈਂਕ ਯੂ ਅਕਿਲ ਹੁਣ ਸਵਾਲ ਪੁੱਛਣ ਦੀ ਵਾਰੀ ਤੁਹਾਡੀ ਠੀਕ ਹੈ ਜੀ ਸੋ ਮੇਰਾ ਪਹਿਲਾ ਸਵਾਲ ਪ੍ਰੀਤੀ ਮੈਂ ਤੁਹਾਡੇ ਤੋਂ ਪੁੱਛੂੰਗਾ ਤੁਸੀਂ 2019 ਚ ਫਿਲਮ ਵੱਲ ਦੁਬਾਰਾ ਰੁਖ ਕੀਤਾ ਸੋ ਇੱਕ ਬਹੁਤ ਲੰਬਾ ਇੰਡਸਟਰੀ ਚ ਤੁਸੀਂ ਬਤਾਇਆ ਨਾ ਮਤਲਬ 20 20 ਸਾਲ ਤਾਨੂੰ ਸਭ ਤੋਂ ਜ਼ਿਆਦਾ ਚੇਂਜਸ ਕਿਹੜੇ ਨਜ਼ਰ ਆਏ ਮਤਲਬ ਤੁਹਾਨੂੰ ਕੀ ਲੱਗਦਾ ਕਿ ਜੋ ਉਦੋਂ ਵਧੀਆ ਨਹੀਂ ਸੀ ਉਹ ਹੁਣ ਜਾ ਕੇ ਬਹੁਤ ਬੈਟਰ ਹੋ ਗਿਆ ਜਾਂ ਉਦੋਂ ਦਾ ਐਕਸਪੀਰੀਅੰਸ ਤੇ ਅੱਜ ਦੇ ਐਕਸਪੀਰੀਅੰਸ ਕੀ ਫਰਕ ਲੱਗਿਆ ਤੁਹਾਨੂੰ ਜਿਵੇਂ ਸਾਡੇ ਕੋਲ ਉਸ ਟਾਈਮ ਬਜਟ ਬਹੁਤ ਘਟ ਹੁੰਦੇ ਸੀ ਤੇ ਇਸ ਕਰਕੇ ਸਾਡੀ ਮੇਕਿੰਗ ਵਿੱਚ ਲਿਮਿਟਿਡ ਇਨਵੈਸਟਮੈਂਟ ਅਸੀਂ ਕਰ ਸਕਦੇ ਸੀ ਫਿਲਮ ਚ ਤੇ ਬਟ ਉਸ ਟਾਈਮ ਜਿਵੇਂ ਤੁਹਾਨੂੰ ਖਾਸ ਕਰਕੇ ਦੱਸਣਾ ਚਾਹੁੰਗੀ ਕਿ ਮੈਂ ਜੇ ਮੈਨੂੰ ਕੋਈ ਪੁੱਛੇ ਤੇ ਮੈਂ ਚਾਹੇ ਪੈਸੇ ਘੱਟ ਸੀ ਮੈਂ ਕਹੂੰਗੀ ਕਿ ਉਹ ਟਾਈਮ ਵਾਪਸ ਆ ਜਾਏ ਉਸ ਟਾਈਮ ਤੇ ਨਾ ਲਾਈਕ ਵੀ ਯੂਸ ਟੂ ਬੀ ਸ਼ੂਟਿੰਗ ਮੈਨੂੰ ਯਾਦ ਹੈ ਪਿੰਡਾਂ ਚ ਅਸੀਂ ਸ਼ੂਟਿੰਗ ਕਰਦੇ ਸੀ ਫਰੋਮ ਦਿਸ ਸਪੌਟ ਬாய் ਟੂ ਦ ਡਾਇਰੈਕਟਰ ਟੂ ਸਪੌਟ ਬாய் ਤੋਂ ਲੈ ਕੇ ਹੀਰੋ ਸਭ ਅਸੀਂ ਨਾਲ ਬੈਠ ਕੇ ਨਾ ਖਾਣਾ ਸਾਰੇ ਖਾ ਰਹੇ ਨੇ 21 बिकॉज ਉਸ ਟਾਈਮ ਬੈਨਿਟੀ ਵੈਨਸ ਹੁੰਦੇ ਨਹੀਂ ਸੀ ਅਸੀਂ ਪਿੰਡਾਂ ਵਿੱਚ ਉਹ ਹੀ ਮਤਲਬ ਕਿਸੇ ਦੇ ਘਰ ਸ਼ੂਟਿੰਗ ਕਰ ਰਹੇ ਉਹਨਾਂ ਦੇ ਆਂਗਣ ਵਿੱਚ ਨਾ ਬਰਾਂਡੇ ਵੀ ਅਸੀਂ ਲਾ ਕੇ ਉੱਥੇ ਹੀ ਮਤਲਬ ਸਾਰੇ ਮਿਲ ਕੇ ਖਾਣਾ ਖਾ ਰਹੇ ਸਾਰੇ ਹਸੀ ਮਜ਼ਾਕ ਕਰ ਰਹੇ ਨੇ ਪੈਕ ਅਪ ਤੋਂ ਬਾਅਦ ਹੁਣ ਜਿਹੜੇ ਇਹ ਬੈਨਿਟੀ ਵੈਨ ਫੈਸ਼ਨ ਆ ਗਏ ਨਾ ਮੈਂ ਮੈਂ ਹੁਣ ਜਿਹੜੀ ਫਿਲਮ ਕੀਤੀ ਕਾਕੇ ਦਾ ਵਿਆ ਹਾਂਜੀ ਉੱਥੇ ਬੈਨਿਟੀ ਵੈਨ ਸੀ ਕਿ ਮੇਰਾ ਬੋਰਡ ਲੱਗਿਆ ਹੋਇਆ ਬਟ ਮੈਂ ਜਾ ਕੇ ਉਹਨਾਂ ਦੇ ਘਰ ਸਰਪੰਚ ਤੇ ਘਰ ਹੀ ਬੈਠ ਜੀ ਸੀ ਮੈਨੂੰ ਪਤਾ ਨਹੀਂ ਉਹ ਸ਼ਾਇਦ ਆਦਤ ਪੈ ਗਈ ਸੀ ਤੇ ਮੈਨੂੰ ਲੱਗਦਾ ਸੀ 클ੌਸਟਰੋਫੋਬਿਕ ਇਨ ਦਾ ਸਮਾਲ ਥਿਸ ਸੋ ਆਈ ਯੂਸ ਟੂ ਗੋ ਐਟ ਦਾ ਸਰਪੰਚ ਆਲਸੋ ਮੈਂ ਮਤਲਬ ਲਾਈਕ ਨਾਟ ਮਾਈ ਫੈਨ ਲਾਈਕ ਉਹਨਾਂ ਨੂੰ ਮਤਲਬ ਮੇਰੀ ਇੱਜ਼ਤ ਕਰਦੇ ਸੀ ਮੈਨੂੰ ਆਪਣਾ ਪੂਰਾ ਖੋਲ ਕੇ ਨਾ ਆਪਣਾ ਡਰਾਇੰਗ ਰੂਮ ਦੇ ਦਿੱਤਾ ਹਾ ਸੂਟ ਸੋ ਜਿਹੜਾ ਪੰਜਾਬ ਚ ਮਤਲਬ ਲਵ ਹੈ ਉਹ ਤੇ ਖੈਰ ਉਹਨ ਵੀ ਨਹੀਂ ਬਦਲਿਆ ਪੀਪਲ ਤੇ ਉਹੀ ਇਹਨੇ प्यारोहबत चज uh, आ गया बिकॉज़ असी जब शूटिंग करते ना पैंट श शर्ट विच तंबे कुर्ते रहते टाइमली पिंड जब मैं शूटिंग आई मैं पिंड शूटिंग कर रही हूँ ब सारे शॉर्ट्स में घूम रहे सारे हेयर गोल्ड कराए हुए ने सारा कुछ डिफरेंट थे ਹਾਂਜੀ ਰੁਪੀਨਾ ਜੀ ਅ ਅਗਲਾ ਸਵਾਲ ਤੁਹਾਡੇ ਲਈ ਸੋ ਜਦੋਂ ਤੁਸੀਂ ਇੰਡਸਟਰੀ ਚ ਆਏ ਜਦੋਂ ਤੁਸੀਂ ਐਂਟਰੀ ਲਈ ਉਹ ਕਿਹੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਨੀਰੂ मैम ਨੇ ਤੁਹਾਨੂੰ ਦੱਸੀਆਂ ਜਾਂ ਕੋਈ ਸਪੈਸ਼ਲ ਗੱਲ ਦੱਸੀ ਹੋਵੇ ਹਦਾਇਤ ਦਿੱਤੀ ਹੋਵੇ ਕਿ ਐਦਾਂ ਕਰਨਾ ਐਦਾਂ ਨਹੀਂ ਕਰਨਾ ਜਿਹਨੂੰ ਤੁਸੀਂ ਅੱਜ ਵੀ ਫਾਲੋ ਕਰਦੇ ਹੋ ਓਕੇ ਸੋ ਜਦੋਂ ਮੈਂ ਇੰਡਸਟਰੀ ਐਂਟਰੀ ਕੀਤੀ ਸੀ ਐਕਚੁਅਲੀ ਮੈਂ ਸ਼ੁਰੂਆਤ ਕੀਤੀ ਸੀ ਐਜ਼ ਅ ਮਾਈ ਸਿਸਟਰਜ਼ ਅਸਿਸਟੈਂਟ ਔਨ ਦਾ ਸੈਟ ਆਫ ਇਟ ਵਾਸ ਜੈਟ ਐਂਡ ਜੁਲੀਅਟ ਸੋ ਆਈ ਮੈਂ ਆਲਵੇਸ ਸੈਟ ਤੇ ਰਹਿੰਦੀ ਹੁੰਦੀ ਸੀ ਐਂਡ ਉਥੋਂ ਮੈਂ ਫਿਲਮ ਤੋਂ ਸ਼ੁਰੂਆਤ ਕੀਤੀ ਸੀ ਜੀ ਸੁਪਰ ਹਿੱਟ ਫਿਲਮ ਬਟ ਆਈ ਥਿੰਕ ਉਸ ਤੋਂ ਪਹਿਲਾਂ ਵੀ ਐਕਚੁਅਲੀ ਨੋ ਯੂ نو ਮੈਂ ਮੇਲ ਕਰਾ ਦੇ ਰੱਬਾ ਆ ਮੈਂ ਆਲਵੇਸ ਜਦੋਂ ਵੀ ਮੇਰੇ ਸਕੂਲ ਹੌਲੀਡੇਸ ਹੁੰਦੇ ਸੀ ਮੈਂ ਆਲਵੇਸ ਹਮੇਸ਼ਾ ਸੈਟ ਤੇ ਹੀ ਲਾਈਕ ਬੰਬੇ ਆਨ ਦੀ ਸੀ ਨਾ ਮੈਂ ਹਮੇਸ਼ਾ ਸੈਟ ਤੇ ਹੀ ਰਹਿੰਦੀ ਸੀ ਸੋ ਮੈਂ ਸਿੱਖਦੀ ਰਹਿੰਦੀ ਸੀ ਸਿਸਟਰ ਤੋਂ um just lookkan the respect Karna and I think that was my biggest learning thing Hamesha the respect Karna and that's what I've learned from my sister because, um I think uh, Unity is really important in uh, filmmaking uh -huh. so that is what I've learned and um like both serious so that is what she's taught me is to respect my work uh -huh. नीरू मैम ਨੇ ਪਟਾਰਾ ਦੇ ਇੱਕ ਇੰਟਰਵਿਊ ਚ ਕਿਹਾ ਸੀ ਕਿ ਨੀਰੂ ਬਾਜਵਾ ਨੂੰ ਉਹਨਾਂ ਦੇ ਹਸਬੰਦ ਨਾਲ ਪਹਿਲੀ ਵਾਰ ਤੁਸੀਂ ਮਿਲਾਇਆ ਸੀ ਹਾਂਜੀ ਸੋ ਇਸ ਸਬਬ ਕਿਵੇਂ ਬਣਿਆ ਮਤਲਬ ਕਿਦਾਂ ਇਹ ਪੋਸੀਬਲ ਹੋਇਆ ਕੀ ਕੀਤਾ ਤੁਸੀਂ ਇਦਾਂ ਦਾ ਸੋ ਆਈ نو ਹਿਸ ਬ੍ਰਦਰ ਵੀ ਆਲ ਵੈਂਟ ਟੂ ਸਕੂਲ ਟੂਗੇਦਰ ਸੋ um that is how i met them so अपर्ना सुनिरू ਉਸ ਟਾਈਮ ਇੰਡੀਆ ਰਹਿੰਦੀ ਸੀ ਹਾਂ सो so, आप सारे बाहर से सो so मैं सो <coughs> so, मैं सुबरीना तो आप सारे डिनर कर रहे थी हैरी दे सो so, um, सोचे कि वाह यू नो ही इज़ क्वाइट हैंडसम आप इंट्रोड्यूस करिए नीरू नीरू के नी सो आप हैरी दे एक पिक्चर खिंची सुबरीना ने <coughs> मेरी सुबरीना माई सिस्टर पर वो फ्लैश ऑन सी and the flash went off and harry's like oh you guys are taking my picture <laughs> taking my picture <laughs> and right. you know ferone uh, like we like we just said ha apa kichip fit us um, to buy apa her in the second he apa said sister no page na picture because okay. you know she's single beautiful girl ferone puchhe kyo kar dikye we said you know she's an actress he goes, no 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 many actresses na ab karna ye wo blah 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 you know long story short fero mile it was love at first sight and uh Jedon of the Maminu Dasya you know, me Tunu uh Kurinu Milvana, he goes, Oh, uh, you know, she's an actress and mother-in-law uh, uh, mother in law Nikya Ki chur to Ki Nirubaja Aingakar and <laughs> it was <laughs> Nirubaja. <laughs> so <laughs> that is how they met and <laughs> so I'm the Vicholan. <laughs> <laughs> so that's how they yes, so that Successful is how they met. Vicholan, <laughs> yes, <so laughs> आई होप तू और भी एक दो रिश्ते बढ़िया-बढ़िया करा दियो आई एम एक्स वेरी गुड आई क्यूपिड आई एम आई एम वेरी गुड सी ही इज पॉइंटिंग आई एम आई एम लुकिंग फॉर यू टू सो ये मेरे सवाल सी रुबीना ਹੁਣ ਤੁਸੀਂ ਪੁੱਛੋ ਸਵਾਲ ਅਖਿਲ ਤੇ ਪ੍ਰੀਤੀ ਜੀ ਨੂੰ ओके सो मेरा पहला सवाल अఖਿਲ ਮੈਂ ਸੁਣਿਆ ਤੁਸੀਂ ਕਾਲਜ ਵਿੱਚ ਕਾਫੀ ਫੇਮਸ ਸੀ ਤੇ ਜਦੋਂ ਤੁਹਾਡਾ ਪਹਿਲਾ ਗੀਤ ਬਹੁਤ ਹਿਟ ਹੋਇਆ ਸੀ ਤੁਸੀਂ ਉਸ ਤੋਂ ਬਾਅਦ ਵੀ ਕਾਲਜ ਜਾਂਦੇ ਸੀ ਹਮਮ ਤੇ ਉਸ ਤੋਂ ਬਾਅਦ ਵੀ ਮਿਲਣ ਵਾਲੀ ਟੈਂਸ਼ਨ ਵੀ ਅਮ ਗੱਲ ਕਰਨ ਵਾਲੀ ਜਿਹੜੀ ਕੁੜੀ ਆ ਕੁੜੀਆਂ ਪਹਿਲਾਂ ਗੱਲ ਨਹੀਂ ਕਰਦੀ ਸੀ ਉਹ ਵੀ ਫਿਰ ਤੁਹਾਡੇ ਨਾਲ ਗੱਲ ਕਰਨ ਲੱਗੀਆਂ ਇਹ ਕਿਨੇ ਦੱਸਿਆ ਐਂਡ ਸੁਰੇਲੀ ਨੇ ਮੈਨੂੰ ਦੱਸਿਆ ਸੋ ਅਮ ਹਾਊ ਡਿਡ ਥੈਟ ਫੀਲ ਹਾਈਦੈ ਹੋਇਆ ਸੀ ਕਿਉਂਕਿ ਮੈਨੂੰ ਬੜਾ ਸ਼ੌਂਕ ਹੁੰਦਾ ਸੀ ਕਿ ਮੈਂ ਮੈਨੂੰ ਸਾਰੇ ਜਾਣਦੇ ਹੋਣ ਮੈਂ ਮੈਂ ਕਦੀ ਜਿਆਦੀ ਇੰਟਰਵਿਊਜ਼ ਵੀ ਨਹੀਂ ਦਿੱਤੀਆਂ ਸੋ ਲੋਕਾਂ ਨੂੰ ਘੱਟ ਪਤਾ ਕਿ ਇਹ ਸਾਰੀਆਂ ਗੱਲਾਂ ਦਾ ਪਰ ਮੈਨੂੰ ਬੜਾ ਸ਼ੌਂਕ ਹੁੰਦਾ ਸੀ ਮੈਂ ਫੇਮਸ ਹੋਵਾਂ ਮੈਨੂੰ ਸਾਰੇ ਜਾਣਦੇ ਹੋਣ ਕਾਲਜ ਐਟ ਲੀਸਟ ਕਾਲਜ ਚ ਜਾਣਦੇ ਹੋਣ ਮੈਨੂੰ ਇੱਕ ਵਾਰੀ ਇੱਕ ਮੇਰੇ ਇੱਕ ਸਰ ਨੇ ਕਿਹਾ ਸੀ ਕਿ ਮੈਂ ਉਹਨਾਂ ਨੇ ਕਿਹਾ ਸੀ ਕਿ ਮੈਂ ਵੀ ਯੂਥ ਫੈਸਟੀਵਲ ਚ ਗਾਉਣਾ ਚਾਹੁੰਨਾ ਕਿਉਂਕਿ ਉੱਥੇ ਸਾਰੇ ਗਾਉਂਦੇ ਹੁੰਦੇ ਸੀ ਸੋ ਮੈਨੂੰ ਜੀ ਯਾਰ ਮੈਨੂੰ ਵੀ ਗਵਾਓ ਨਾ ਮੈਂ ਵੀ ਗਾਉਣਾ ਤੇ ਕਿਉਂਕਿ ਮੈਨੂੰ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਮੈਨੂੰ ਬਾਲਾ ਗਾਉਣਾ ਨਹੀਂ ਆਉਂਦਾ ਕਲਾਸਿਕਲ ਜਾਂ ਕਿੱਦਾਂ ਜਿਆਦੀ ਨੌਲੇਜ ਨਹੀਂ ਹੈ ਪਰ ਮੇਰਾ ਦਿਲ ਬਹੁਤ ਕਰਦਾ ਹੁੰਦਾ ਸੀ ਕਿ ਮੈਂ ਸਟੇਜ ਤੇ ਜਾਵਾਂ ਤੇ ਲੋਕ ਸੀਟੀਆਂ ਮਾਰਨ ਨਾ ਚੀਕਾ ਮਾਰਨ ਦੇ ਉਹ ਕਹਿੰਦੇ ਸੀ ਤੂੰ ਗਾ ਪਰ ਤੈਨੂੰ ਪਿੱਛੇ ਗਾਉਣਾ ਪੈਣਾ ਇੱਕ ਸਿੰਗਰ ਦੇ ਮਤਲਬ ਜਿਹੜੇ ਪਿੱਛੇ ਕੋਰਸ ਵਿੱਚ ਚਾਰ ਪੰਜ ਜਾਣੇ ਹੁੰਦੇ ਮੈਂ ਕਹਿਆ ਉਹ ਤਾਂ ਨਹੀਂ ਮੈਂ ਗਾਉਣਾ ਉਹ ਨਾਲ ਤਾਂ ਕੋਈ ਦੇਖਦਾ ਹੀ ਨਹੀਂ ਹੈ ਮੈਂ ਤਾਂ ਮੂਰੇ ਮੂਰੇ ਗਾਉਣਾ ਚਾਹੁੰਦਾ ਵੀ ਮੈਨੂੰ ਕੋਈ ਮੈਨੂੰ ਮੇਰੇ ਤੋਂ ਕੁਝ ਫੋਕ ਗਵਾ ਲਓ ਜਾਂ ਮੇਰੇ ਤੋਂ ਕੋਈ ਗਾਣਾ ਗੁਣਾ ਗਵਾ ਲਓ ਪਰ ਮੈਂ ਗਾਉਣਾ ਚਾਹੁੰਨਾ ਮੈਂ ਵੀ ਜਾਣਾ ਅੰਮ੍ਰਿਤਸਰ ਉਹ ਯੂਨੀਵਰਸਿਟੀ ਚ ਗਾ ਕੇ ਮੈਂ ਵੀ ਵਾਪਸ ਆਉਣਾ ਤੇ ਮੈਨੂੰ ਵੀ ਆ ਕੇ ਕਾਲਜ ਲੋਕੀ ਕਹਿਣ ਕਿ ਤਗ ਕੱਲ ਤੁਸੀਂ ਜਿੱਤ ਕੇ ਆਏ ਵਧਾਈਆਂ ਪਰ ਮੈਨੂੰ ਮੌਕਾ ਨਹੀਂ ਮਿਲਿਆ ਗਾਉਣ ਦਾ ਕਿਉਂਕਿ ਫਿਰ ਮੈਂ ਘਰ ਜਾ ਕੇ ਇੱਕ ਦਿਨ ਮੈਨੂੰ ਯਾਦ ਆ ਮੈਂ ਬਹੁਤ ਆਸ ਹੋ ਗਿਆ ਸੀ ਤੇ ਮੈਂ ਕਿਹਾ ਰੱਬਾ ਮੈਨੂੰ ਮੈਨੂੰ ਫੇਮਸ ਕਰ ਦੇ ਕੋਈ ਇਹਨੂੰ ਕਾਲਜ ਚ ਕੋਈ ਜਾਣਦਾ ਹੋਵੇ ਨਾ ਹੋਵੇ ਪਰ ਮੈਨੂੰ ਬਾਹਰ ساری ਦੁਨੀਆ ਜਾਣੇ ਸੋ ਫਿਰ ਗਾਣਾ ਚੱਲ ਗਿਆ ਮੇਰਾ ਜਦੋਂ ਮੈਂ ਐਮਏ ਚ ਪੜ ਰਿਹਾ ਸੀ ਉਦੋਂ ਮੇਰਾ ਗਾਣਾ ਚੱਲਿਆ ਖਾਵ ਹਾਂ ਤੇ ਜਦੋਂ ਅਸੀਂ ਅੰਦਰ ਉਹ ਸਾਡੇ ਐਗਜ਼ਾਮ ਹੁੰਦੇ ਸੀ ਨਾ ਅਸੀਂ ਕਲਾਸਿਕਲ ਗਾਉਣ ਦੀ ਪ੍ਰੈਕਟਿਸ ਕਰਦੇ ਹੁੰਦੇ ਸੀ ਤੇ ਬਾਹਰ ਨਾਲ ਦੀਆਂ ਕਲਾਸਾਂ ਵਾਲੇ ਦੇਖ ਰਿਆ ਹੁੰਦੇ ਸੀ ਫੋਟੋ ਕਰਾਉਣ ਲਈ ਵੇਟ ਕਰਦੇ ਸੀ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਸੀ ਮੈਂ ਬੜਾ ਥੈਂਕ ਯੂ ਕਰਨਾ ਮੈਂ ਕਹਿੰਦਾ ਯਾਰ ਕੀ ਬਾ ਉਹ ਉਹ ਟਾਈਮ ਉਹ ਟਾਈਮ ਦੇ ਵਿੱਚ ਮੈਂ ਹਿੱਟ ਹੋਣਾ ਚਾਹੁੰਦਾ ਸੀ ਕਿ ਕਾਲਜ ਦੇ ਰਹਿੰਦੇ ਰਹਿੰਦੇ ਮੈਨੂੰ ਅਸੀ ਕਿ ਜੇ ਮੈਂ ਬਾਅਦ ਚ ਹਿੱਟ ਹੋਇਆ ਤੇ ਮੈਂ ਇਹਨਾਂ ਨੂੰ ਮਿਲ ਪਤਾ ਨਹੀਂ ਕਿੱਦਾਂ ਮਿਲ ਪਾਉਣਾ ਕਿ ਸਾਰਿਆਂ ਨੂੰ ਨਹੀਂ ਕਿਉਂਕਿ ਇੰਨੇ ਸਟੂਡੈਂਟ ਹੁੰਦੇ ਸੀ ਪਰ ਮੈਂ ਲੱਕੀ ਸੀ ਕਿ ਮੈਂ ਉਸ ਟਾਈਮ ਉਸ ਟਾਈਮ 'ਚ ਹਿੱਟ ਹੋਇਆ ਤੇ ਸਾਰੇ ਕਾਲਜ ਨੂੰ ਪਤਾ ਹੁੰਦਾ ਸੀ ਕਿ ਉਹ ਐਮਏ ਕਰਦਾ ਤੇ ਉੱਧਰ ਬੈਠਾ ਹੋਇਆ ਸੋ ਦੈਨ ਡਿਡ ਯੂ ਡੇਟ ਦੋਜ਼ ਗਰਲਸ ਨਹੀਂ ਨਹੀਂ ਕਦੇ ਨਹੀਂ ਪਰ ਵਧੀਆ ਸੱਚੀ ਦੱਸ ਨਹੀਂ ਨਹੀਂ ਫਿਰ ਫਿਰ ਜਦ ਮੈਨੂੰ ਪਹਿਲਾਂ ਨਹੀਂ ਸੀ ਕੁਝ ਮਿਲਿਆ ਫਿਰ ਤਾਂ ਮੈਂ ਕਿਉਂ ਡੇਟ ਕਰਨਾ ਸੀ ਓਕੇ ਸੋ ਬਹੁਤ ਨਰਵਸ ਕਰੀ ਜਾਂਦੀ ਅਖਲ ਅਖਲ ਜਦੋਂ ਨਾ ਕੋਈ ਤੁਹਾਡਾ ਕੋਈ ਗੀਤ ਆਉਂਦਾ ਹੈ ਤੇ ਲੋਕੀ ਯੂ نو ਕੋਈ ਹੇਟਫੁਲ ਕਮੈਂਟਸ ਲਿਖਤੇ ਆ ਫਿਰ ਤੁਹਾਨੂੰ ਕਿਵੇਂ ਫੀਲ ਹੁੰਦਾ ਲਾਈਕ ਹਾਊ డు ਯੂ ਫੀਲ ਲਾਈਕ ਯੂ نو ਥੋੜੇ ਦਿਮਾਗ ਕੀ ਆਉਂਦਾ ਮੇਰੇ ਦਿਮਾਗ ਚ ਕੁਝ ਇਦਾਂ ਨਹੀਂ ਆਉਂਦਾ ਕਿ ਇਹਨਾਂ ਨੂੰ ਕਿਉਂ ਨਹੀਂ ਪਸੰਦ ਆ ਰਿਹਾ ਹਾਂ ਥੋੜੀ ਜੀ ਟੈਨਸ਼ਨ ਹੁੰਦੀ ਆ ਐਜ਼ ਐਨ ਆਰਟਿਸਟ ਬੰਦੇ ਨੂੰ ਲੱਗਦਾ ਕਿ ਯਾਰ ਵੀ ਮੈਂ ਇੰਨੀ ਮਿਹਨਤ ਕੀਤੀ ਕਿਉਂਕਿ ਮੈਂ ਗਾਣਾ ਮਤਲਬ ਜਲਦੀ ਰਿਲੀਜ਼ ਨਹੀਂ ਕਰਦਾ ਮੈਂ ਇਦਾਂ ਨਹੀਂ ਕਰਦਾ ਕਿ ਅੱਜ ਰਾਤੀ ਬਣਾਇਆ ਪਰਸੋਂ ਵੀਡੀਓ ਕੀਤੀ 4 ਦਿਨ ਬਾਅਦ ਰਿਲੀਜ਼ ਕਰਦਾ ਮੈਂ ਮੈਂ ਮੇਰੇ ਗਾਣੇ ਨਾਲ ਮਤਲਬ ਮੈਨੂੰ ਬਾਕੀਆਂ ਦਾ ਨਹੀਂ ਪਤਾ ਮੇਰੇ ਗਾਣੇ ਨਾਲ ਮੇਰੇ ਬੜੇ ਇਮੋਸ਼ਨਸ ਜੁੜੇ ਹੁੰਦੇ ਮੈਂ ਗਾਣਾ ਸਿਲੈਕਟ ਕਰਨ ਤੋਂ ਲੈ ਕੇ ਉਹਨੂੰ ਰਿਲੀਜ਼ ਕਰਨ ਤੱਕ ਬਹੁਤ ਪਾਲਦਾ ਉਹਨੂੰ ਮੈਨੂੰ ਇਦਾਂ ਹੁੰਦਾ ਕਿ ਇਹ ਇਹ ਹੁਣ ਮੇਰਾ ਨਿਆਣਾ ਇਹਨੂੰ ਮੈਂ ਪਹਿਲਾਂ ਪਹਿਲਾਂ ਮੈਂ ਸਿਲੈਕਟ ਕਰਦਾ ਮੈਂ ਗਾਉਣਾ ਕੀ ਹੈ ਫਿਰ ਮੈਂ ਉਹਨੂੰ ਗਾਉਣ 'ਚ ਬੜਾ ਟਾਈਮ ਲਾਉਣਾ ਮੈਨੂੰ ਬੜਾ ਵਹਿਮ ਰਹਿੰਦਾ ਕਿ ਯਾਰ ਇੱਥੋਂ ਨਹੀਂ ਸਹੀ ਗਾਇ ਸੋ ਮੈਨੂੰ ਜਦੋਂ ਇਹ ਸਾਰਾ ਪ੍ਰੋਸੈਸ ਤੋਂ ਬਾਅਦ 2-3 ਮਹੀਨੇ ਬਾਅਦ ਗਾਣਾ ਰਿਲੀਜ਼ ਹੁੰਦਾ ਤੇ ਥੱਲੇ ਕੁਝ ਕਮੈਂਟ ਆ ਜਾਂਦੇ ਕਿ ਯਾਰ ਸਵਾਦ ਨਹੀਂ ਆਇਆ ਜਾਂ ਗੱਲ ਨਹੀਂ ਬਣੀ ਜਾਂ ਉਹ ਗੱਲਬਾਤ ਨਹੀਂ ਬਣੀ ਜਿਹੜੀ ਪਹਿਲੇ ਗਾਣਿਆਂ 'ਚ ਸੀ ਕਿਉਂਕਿ ਦੇਖੋ ਹਰ ਗਾਣਾ ਨਾ ਹਰ ਗਾਣਾ ਨੂੰ ਡਿਫਰੈਂਟ ਉਹ ਡਿਫਰੈਂਟ ਹੁੰਦਾ ਤਾਂ ਹੀ ਉਹ ਦੂਜਾ ਗਾਣਾ ਹੁੰਦਾ ਹੁਣ ਲੋਕੀ ਕਹਿੰਦੇ ਖਾਵ ਵਰਗੀ ਗੱਲ ਨਹੀਂ ਬਣੀ دیਵਾਨੇ ਵਰਗੀ ਗੱਲ ਨਹੀਂ ਬਣੀ ਉਹ ਤਾਂ ਨਹੀਂ ਬਣੀ ਕਿਉਂਕਿ ਉਹ ਸੇਮ ਗਾਣਾ ਨਹੀਂ ਸੀ ਕਿਉਂਕਿ ਉਹ ਡਿਫਰੈਂਟ ਗਾਣਾ ਸੀ ਸੋ ਠੀਕ ਹੈ ਮੈਨੂੰ ਇਦਾਂ ਲੱਗਦਾ ਕਿ ਇਹ ਲੋਕਾਂ ਦਾ ਰਾਈਟ ਆ ਮਤਲਬ ਹੋ ਸਕਦਾ ਰੁਬੀਨਾ ਨੂੰ ਇੱਕ ਗਾਣਾ ਪਸੰਦ ਨਾ ਹੋਵੇ ਪਰ ਮੈਨੂੰ ਬਹੁਤ ਹੋਵੇ ਹਾਂ ਯੈਸ ਹੋ ਸਕਦਾ ਮੈਮ ਨੂੰ ਇੱਕ ਗਾਣਾ ਪਸੰਦ ਨਾ ਹੋਵੇ ਮੈਨੂੰ ਇਹ ਮੇਰੀ ਪਰਸਨਲ ਚੁਆਇਸ ਆ ਮੈਨੂੰ ਕੀ ਪਸੰਦ ਆ ਮੈਂ ਇੱਕ ਵਾਰੀ ਮੈਂ ਕਰੀ ਵੀ ਪਰਸਨਲ ਚੁਆਇਸ ਹੈ ਨਾ ਹਾਂ ਓਕੇ ਪ੍ਰੀਤੀ ਜੀ ਮੈਂ ਕੁਝ ਨਾਮ ਲਵਾਂਗੀ ਤੇ ਤੁਸੀਂ ਉਸ ਆਰਟਿਸਟ ਨੂੰ ਇੱਕ ਕੈਂਚ ਟਾਈਟਲ ਦੇਣਾ 1 ਗੁੱਗੂ ਗਿਲ ਸਰ ਹਾਂ ਗੁੱਗੂ ਗਿਲ ਹਾਂਜੀ ਯਾ 1 ਟਾਈਟਲ 1 ਟਾਈਟਲ ਯੈਸ ਡੈਸ਼ਿੰਗ ਡੈਸ਼ਿੰਗ ਓਕੇ ਤੇ ਮਿੰਦਰ ਜੀ my god he is greek god <laughs> man saab man saab man saab the great raj babbar sir raj very lovable person nirmal rishi ma'am nirmal rishi very close to my heart she is my my soulmate hmm. thank you okay akil chado the cinema me i see industry mm -hmm. thonu kehi add gal lage industry ch menu uh, uh, ਕੁਛ ਵੀ ਇਦਾਂ ਬਾਲਾ ਅੱਡ ਨਹੀਂ ਲੱਗਿਆ ਕਿਉਂਕਿ ਮੈਂ ਇੰਡਸਟਰੀ 'ਚ ਪਹਿਲਾਂ ਜਦੋਂ ਬਾਹਰ ਹੁੰਦਾ ਸੀ ਪਰ ਮੈਨੂੰ ਇੱਕ ਚੀਜ਼ ਅੱਡ ਲੱਗੀ ਮੈਂ ਜਦੋਂ ਨਹੀਂ ਸੀਗਾ ਵਿੱਚ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਕਿ ਜਿੰਨੇ ਵੀ ਆਰਟਿਸਟ ਆ ਇਹ ਸਾਰੇ ਇੱਕ ਦੂਸਰੇ ਨੂੰ ਬਹੁਤ ਪਿਆਰ ਕਰਦੇ ਆ ਬਹੁਤ ਮਤਲਬ ਮਿਲ-ਮੁਲ ਕੇ ਰਹਿੰਦੇ ਆ ਮੈਂ ਫੋਟੋਸ ਦੇਖਣੀ ਆ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਯਾਰ ਮੈਂ ਵੀ ਇੰਨਾ 'ਚ ਜਾ ਕੇ ਇੱਕ ਦਿਨ ਬੈਠੂਗਾ ਅਸੀਂ ਸਾਰੇ ਇਕੱਠੇ ਬੈਠਿਆ ਕਰਾਂਗੇ ਜਾਂ ਹਨਾ ਬੰਦਾ ਫਨ ਕਰਦਾ ਉਹਨਾਂ ਨਾਲ ਮਜ਼ਾਕ ਹਾਸਾ ਪਰ ਮੈਨੂੰ ਜਦੋਂ ਮੈਂ ਇੰਡਸਟਰੀ 'ਚ ਆ ਗਿਆ ਮੈਨੂੰ ਇਦਾਂ ਲੱਗਿਆ ਕਿ ਇਸ ਅਸਲ 'ਚ ਕੋਈ ਵੀ ਇੱਕ ਦੂਸਰੇ ਦਾ ਨਹੀਂ ਹੈ। ਹਮ ਮੈਨੂੰ ਇਦਾਂ ਫੀਲ ਹੋਇਆ। ਕਿਉਂ ਅਖਿਲ? ਮੈਨੂੰ ਇਦਾਂ ਲੱਗਿਆ ਜੀ ਪਤਾ ਨਹੀਂ ਹੁਣ ਕਿਉਂ ਕਿਉਂ ਲੱਗਿਆ ਪਰ ਅਸਲ 'ਚ ਮੈਨੂੰ ਲੱਗਦਾ ਜੇ ਜੋ ਫਿਲਮ ਦੀ ਸ਼ੂਟਿੰਗ ਤੇ ਤੇ ਸਾਰੇ ਕਲਾਕਾਰ ਪੁਨੀ ਤਗਗੂ ਨੀ 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 ਮੈਂ ਮੈਂ ਅੱਛਾ ਤੁਸੀਂ ਹੋਰ ਮੈਂ ਐਜ਼ ਅ ਸਿੰਗਰ ਨਾ ਫਿਲਮ ਹਾਂਜੀ ਨੀ ਫਿਲਮ ਤਾਂ ਮੇਰੀ ਪਹਿਲੀ ਸੀ ਨਾ ਮੈਨੂੰ ਫਿਲਮ ਦਾ ਤਾਂ ਇਨਾ ਪਤਾ ਨਹੀਂ ਸਾਡੇ ਤੁਹਾਨੂੰ ਸਾਰੇ ਬਹੁਤ ਸਪੋਰਟਿਵ ਸੀ ਹਾਂਜੀ ਹਾਂਜੀ ਨੀ ਨੀ ਫਿਲਮ ਐਕਟਰਸ ਤਾਂ ਸਾਰੇ ਮੈਂ ਮੈਂ ਆਪਣੀ ਗੱਲ ਕਰ ਰਿਹਾ ਕਿ ਜਦ ਅੱਛਾ ਤੁਹਾਨੂੰ ਲੱਗਿਆ ਕਿ ਵੀ ਇੰਡਸਟਰੀ ਵਿੱਚ ਵੀ ਇੰਡਸਟਰੀ ਚ ਮਤਲਬ ਪੋਜ਼ਿਟਿਵ ਵੇਜ ਕਹਿ ਰਹੇ ਹਾਂ ਕੋਈ ਉਹ ਨਹੀਂ ਕਿ ਮੈਨੂੰ ਕਿਸੇ ਨੇ ਕੁਝ ਕਿਹਾ ਮੇਰੀ ਕਿਸੇ ਨਾਲ ਅਜੇ ਤੱਕ ਕੋਈ ਲੜਾਈ ਝਗੜਾ ਨਹੀਂ ਨਾ ਮੈਂ ਕਿਸੇ ਨਾਲ ਅਜੇ ਤੱਕ ਮੇਰੀ ਕਿਸੇ ਨਾਲ ਬੈਂਸ ਹੋਈ ਜਾਂ ਅਸੀਂ ਕੋਈ ਲਾਈਵ ਤੇ ਆ ਕੇ ਮੈਂ ਕਿਸੇ ਨਾਲ ਉਹ ਕੀਤਾ ਹੋਵੇ ਪੋਜ਼ਿਟਿਵ ਵਿੱਚ ਕਹਿ ਰਹੀਆਂ ਕਿ ਮੈਨੂੰ ਜਿਹੜਾ ਚੇਂਜ ਲੱਗਿਆ ਹੈ ਹੂੰ ਕਿ ਜੋ ਲੱਗਦਾ ਬਾਹਰੋਂ ਉਹ ਹੁੰਦਾ ਨਹੀਂ ਹੈ ਹਾਂ ਕਿ ਸਾਰੇ ਆਪਣੇ ਆਪਣੇ ਸ਼ਾਇਦ ਬਹੁਤ ਬੀਜ਼ੀ ਆ ਜਾਂ ਕੋਈ ਬਾੜਾ ਦਿਲੋਂ ਨਹੀਂ ਵਰਤਦਾ ਇੱਥੇ ਪਰ ਠੀਕ ਆ ਸਾਰਾ ਕੁਝ ਵਧੀਆ ਹੀ ਆ ਪਰ ਇਹ ਇੱਕ ਚੇਂਜ ਲੱਗਿਆ ਸੀ ਮੈਨੂੰ ਕਿ ਬਾਹਰੋਂ ਲੱਗਦਾ ਹੁੰਦਾ ਸੀ ਕਿ ਸਾਰੇ ਬਹੁਤ ਜ਼ਿਆਦਾ ਨਹੀਂ ਮੈਂ ਬਸ ਇਹ ਇਹ ਇਹਦੇ ਵਿੱਚ ਕਹਿਣਾ ਇੰਟਰਰਕ ਸੇਵ ਵਨ ਥਿੰਗ ਟੂ ਯੂ ਆਲ ਅ ਵੈਰਿਸ ਆਈ ਏਮ ਬੋਰਨ ਇਨ ਵਾਟ ਅਪ ਜਿਵੇਂ ਤੁਸੀਂ ਜਾਣਦੇ ਹੋ ਕਿ ਮੈਂ ਤਾਂ ਇੱਕ ਫਿਲਮੀ ਬੱਚਾ ਅੱਖਾਂ ਅੱਖਾਂ ਹੀ ਖੋਲੀਆਂ ਤੇ ਪਾਪਾ ਐਕਟਿੰਗ ਕਰ ਰਹੇ ਫਿਲਮਾਂ 'ਚ ਤੇ ਚਾਚਾ ਜੀਵਨ ਸਭ ਐਕਟਰਸ ਤੇ ਫਿਲਮ ਲਾਈਨ ਵਿੱਚ ਜਿਹੜੀ ਯੂਨਿਟੀ ਹੈ ਹੂੰ ਉਹ ਸਿੰਗਿੰਗ ਫੀਲਡ ਵਿੱਚ ਨਹੀਂ ਹੈ ਇੱਥੇ ਹਾਂਜੀ ਇੱਥੇ ਲੈਟ ਮੀ ਟੈਲ ਯੂ ਥੈਟ ਮੁੰਬਈ ਵਿੱਚ ਅਭਿਜੀਤ ਦੁਜੇ ਕੁਮਾਰ ਸਾਨੂੰ ਇਹ ਸਾਰੇ ਬੈਠ ਕੇ ਨਾਲ ਮਖੌਲ ਕਰਨਗੇ ਦੇ ਆਰ ਬਟ ਪੰਜਾਬ ਦੇ ਸਿੰਗਰਸ ਵਿੱਚ ਆਪਣੀ ਆਪਣੀ ਸਾਰਿਆਂ ਦੀ ਇੱਥੇ ਨਹੀਂ ਇੱਥੇ ਵੀ ਹੈਗੀ ਆ ਯੂਨਿਟੀ ਇੱਥੇ ਯੂਨਿਟੀ ਨਹੀਂ ਇੱਥੇ ਹੈਗੀ ਆ ਪਰ ਇੱਥੇ ਪਾਰਟਿਕੂਲਰ ਉਹ ਗਰੁੱਪ ਬਣੇ ਹੋਏ ਆ ਕਿ ਤੁਸੀਂ ਗਰੁੱਪ ਵਿੱਚ ਤੁਹਾਡੇ ਆਪਣੇ ਆਪਣੇ ਗਰੁੱਪ ਆਈ ਐਮ ਵੈਰੀ ਫ੍ਰੈਂਕ ਐਂਡ ਵੈਰੀ ਓਪਨ ਪਰਸਨ ਮੈਂ ਕਾਫੀ ਜਾਣਦੀ ਆ ਮਤਲਬ ਕਾਫੀ ਸਿੰਗਰਸ ਨੂੰ ਮੈਨੂੰ ਲੱਗਦਾ ਕਿ ਮਤਲਬ ਲਾਈਕ ਦੇ ਆਰ ਨਾਟ ਸਪੋਰਟਿੰਗ ਲਾਈਕ ਇਫ ਅ ਨਿਊ ਸਿੰਗਰ ਹੈਸ ਕਮ ਔਰ ਨਿਊ ਐਕਟਰ ਦੇ ਵਿਲ ਨਾਟ ਆਈ ਥਿੰਕ ਪ੍ਰੇਜ਼ ਦੇ ਆਰ ਔਨ ਟੂ ਥੇਅਰ ਲਾਈਫ ਥੈਮਸੈਲਫ ਹਾਂ ਇਹ ਇੱਥੇ ਯੂਨਿਟੀ ਹੈਗੀ ਆ ਪਰ ਜਿੱਦਾਂ ਦੋਸਤਾਂ ਜਿੱਦਾਂ 4-4 5-5 ਜਣੇ ਜਿਹੜੇ ਆਪਸ ਹਨ ਇਦਾਂ ਦੀ ਗੱਲ ਨਹੀਂ ਕਿ ਮੇਰੇ ਦੋਸਤ ਨਹੀਂ ਆ ਮੇਰੇ ਇੰਡਸਟਰੀ ਚ ਦੋਸਤ ਸਿਗੇ ਪਹਿਲਾਂ ਵੀ ਹੁਣ ਵੀ ਹੈਗੇ ਆ ਸਾਡਾ ਬੜਾ ਪਿਆਰ ਆ ਪਰ ਮੈਂ ਵੈਸੇ ਇਨ ਜਨਰਲ ਗੱਲ ਕਰ ਰਿਹਾ ਕਿ ਹੋਣੀ ਚਾਹੀਦੀ ਹਾਂਜੀ ਹੋਣੀ ਚਾਹੀਦੀ ਵੈਸੇ ਆਪਣੇ ਫੀਲਡ ਵਿੱਚ ਹੋਣੀ ਚਾਹੀਦੀ ਹੈ ਹੁਣ ਮੈਨੂੰ ਦੱਸੋ ਸਰਪ੍ਰਾਈਜ਼ ਕਿਹਨੂੰ ਨਹੀਂ ਪਸੰਦ ਹੁੰਦੇ ਨਹੀਂ ਦੱਸੋ ਕਿਹਨੂੰ ਪਸੰਦ ਨਹੀਂ ਹੁੰਦੇ ਸਰਪ੍ਰਾਈਜ਼ ਉੱਤੋਂ ਉੱਤੋਂ ਭਾਵੇਂ ਕੋਈ ਕਹਿ ਦੇ ਕਿ ਹੂੰ ਨਹੀਂ ਇਹਦੀ ਕੀ ਲੋੜ ਸੀ ਇਹੀ ਰਹਿੰਦੋ ਪਰ ਅੰਦਰੋਂ ਅੰਦਰੀਆ ਚਾਜਾ ਚੜੀ ਜਾਂਦਾ ਹੁੰਦਾ ਬਈ ਹੋਊਗਾ ਕੀ ਸਰਪ੍ਰਾਈਜ਼ ਸਤਿ ਸ਼੍ਰੀ ਅਕਾਲ ਹੈਲੋ ਅਮ ਤਲਾ ਤਾ ਪ੍ਰੀਤੀ ਮੈਮ ਮੈਂ ਤੁਹਾਡੀ ਬਹੁਤ ਬਹੁਤ ਫੈਟੀ ਫੈਨ ਹਾਂ ਤੇ ਜਦੋਂ ਮੈਂ ਛੋਟੀ ਹੁੰਦੀ ਸੀ ਮੈਂ ਤੁਹਾਡੀ ਇੱਕ VHS ਆਈ ਸੀ ਜਿਸ ਦੇ ਵਿੱਚ ਤੁਹਾਡੇ ਸਾਰੇ ਗਾਣੇ ਸੀ ਐਂਡ ਮੈਂ ਉਹ ਹੀ ਦੇਖ ਦੇਖ ਕੇ ਰਿਹਰਸ ਕਰਦੀ ਸੀ ਤੁਹਾਨੂੰ ਕਾਪੀ ਕਰਦੀ ਹੁੰਦੀ ਸੀ ਸੋ ਜਦੋਂ ਤੁਹਾਨੂੰ ਪਹਿਲੀ ਵਾਰ ਮਿਲੀ ਇਟ ਵਾਸ A big fan moment from you, <laughs> for me, sorry. Thank you. Thank you. And um, I just want to say ki I love you and I idolize so you. So do I. Yes. Uh, Rubina, Mirijind, Mirijan, I love you so much. I mean, they are baby. <laughs> si are are And you are very good. are shine I love you so much and I'm so proud of you. Akhil, um, you are an amazing singer. ਤੁਹਾਡੇ ਸਾਰੇ ਗਾਣੇ ਮੈਂ ਸੁਣਦੀ ਆਂ ਐਂਡ ਬਹੁਤ ਵੱਡੀ ਫੈਨ ਆ ਤੁਹਾਡੇ 뮤ਜ਼ਿਕ ਦੀ ਤੁਸੀਂ ਬਹੁਤ ਹੀ ਅਮੇਜ਼ਿੰਗ ਸਿੰਗਰ ਹੋ ਥੈਂਕ ਯੂ ਆ ਤੁਸੀਂ ਜੋ ਪਰਫਾਰਮ ਕਰਦੇ ਹੋ ਸਟੇਜ ਤੇ ਇਟਸ ਅਮੇਜ਼ਿੰਗ ਟ੍ਰੂ ਰੌਕਸਟਾਰ ਮੈਂ ਤੁਹਾਨੂੰ ਫਿਲਮ ਇੰਡਸਟਰੀ ਨੂੰ ਵੈਲਕਮ ਕਰਨਾ ਚਾਹੁੰਦੀ ਆ ਆਈ ਵਿਸ਼ ਯੂ 올 ਦਾ ਬੈਸਟ ਐਂਡ ਆ ਨੋ ਕਿ ਇਹ ਫਿਲਮ ਤੇਰੀ ਮੇਰੀ ਗੱਲ ਬਣ ਗਈ ਇਟਸ ਗਨ ਬੀ ਅ ਸੁਪਰ ਬਲੌਕਬਸਟਰ ਥੈਂਕ ਯੂ ਲਵ ਯੂ ਆਲ made my day nice surprise <laughs> thank you thank you surili <laughs> thank you surili yeah <laughs> thank you surili ਜਦੋਂ ਤੁਸੀਂ ਆਪਣੇ ਫੇਵਰਟ ਐਕਟਰੈਸ ਕੋਲੋਂ ਜਾਂ ਜਿਹਨੂੰ ਤੁਸੀਂ ਬਾਇਡਮਾਇਰ ਕਰਦੇ ਹੋ ਪਸੰਦ ਕਰਦੇ ਹੋ ਮੈਂ ਇਦਾਂ ਦੀਆਂ ਗੱਲਾਂ ਸੁਣਦੇ ਤਾਂ ਬਹੁਤ ਚੰਗਾ ਲੱਗਦਾ ਦਿਨ ਬਣ ਗਿਆ yes ਚਿੰਨੇ ਕੈਂਟ ਸੁਰਿਲੀ ਦੇ ਸਰਪ੍ਰਾਈਜ਼ ਨੇ ਉਹਨੇ ਹੀ ਕੈਂਟ ਨੇ ਸੁਰਿਲੀ ਦੇ ਸਵਾਲ ਸੋ ਰੈਡੀ ਹੋ ਜਾਓ ਸੁਰਿਲੀ ਦੇ ਸਵਾਲਾਂ ਲਈ ਅਖਿਲ ਸਟੇਜ ਤੇ ਪਰਫਾਰਮ ਕਰਦਿਆਂ ਕਦੇ ਕੋਈ ਕੱਬਾ ਫੈਨ ਟੱਕਰਿਆ ਜਿਹਦੇ ਕਰਕੇ ਉਹ ਸ਼ੋਅ ਤੁਹਾਡੇ ਲਈ ਯਾਦਗਾਰ ਬਣ ਗਿਆ ਹੋਵੇ ਮੈਨੂੰ ਲੱਗਦਾ ਹਰ ਸ਼ੋਅ ਤੇ ਕੁਝ ਨਾ ਕੁਝ ਹੁੰਦਾ ਹੀ ਆ ਮੇਰੇ ਤਾਂ ਪਰ ਮੈਂ ਉਹਨੂੰ ਕੱਬਾ ਫੈਨ ਨਹੀਂ ਕਹਿ ਸਕਦਾ ਮੈਨੂੰ ਇਦਾਂ ਲੱਗਦਾ ਕਿ ਲੋਕ ਤੁਹਾਡਾ ਮੁਹੱਬਤ ਹੀ ਇੰਨੀ ਕਰਦੇ ਆ ਕਿ ਸਟੇਜ ਤੇ ਆ ਜਾਣਾ ਸਿਕਿਉਰਿਟੀ ਤੋੜ ਕੇ ਆ ਜਾਣਾ ਉੱਪਰ ਚੜ ਜਾਣਾ ਸ਼ਰਟ ਲਾ ਦੇਣੀ ਜਾਂ ਕੱਪੜੇ ਕੋਈ ਕਿਵੇਂ ਲਿਖ ਚਿੱਤ ਦਿੰਦੇ ਪਰ ਮੈਨੂੰ ਬਹੁਤ ਸਵਾਦ ਆਉਂਦਾ ਮੈਂ ਮੈਂ ਹਰ ਸਟੇਜ ਤੇ ਸੋਚਦਾ ਹੁੰਦਾ ਜੇ ਜੇ ਇਦਾਂ ਨਾ ਹੋਵੇ ਕਿਸੇ ਸ਼ੋਅ ਤੇ ਕਿ ਯਾਰ ਅੱਜ ਕੁਝ ਹੋਇਆ ਹੀ ਨਹੀਂ ਤਾਂ ਮੈਨੂੰ ਬਹੁਤ ਮਜ਼ਾ ਆਉਂਦਾ ਮੈਨੂੰ ਇਦਾਂ ਲੱਗਦਾ ਕਿ ਜਿਹੜੇ ਅਸਲ 'ਚ ਕੱਬੇ ਫੈਨ ਹੁੰਦੇ ਆ ਉਹੀ ਫੈਨ ਹੁੰਦੇ ਆ ਮਤਲਬ ਜਿਹੜੇ ਜਿਹੜੇ ਹਰ ਹੱਦ ਨੂੰ ਪਾਰ ਕਰ ਜਾਂਦੇ ਸਟੇਜ ਤੇ ਆ ਜਾਂਦੇ ਆ ਜਾਂ ਤੁਹਾਡਾ ਮਾਈਕ ਖਿੱਚ ਲੈਂਦੇ ਜਾਂ ਤੁਹਾਡਾ ਕੋਈ ਗੱਡੀ ਦੇ ਉੱਤੇ ਸ਼ੀਸ਼ੇ ਦੇ ਮੁਕੇ ਮਾਰਦੇ ਜਿਹੜੇ ਕਹਿੰਦੇ ਕਿ ਯਾਰ ਇੱਕ ਵਾਰੀ ਹੱਥ ਮਲਾ ਲਾ ਜਾਂ ਦੇਖ ਲਾ ਮੈਨੂੰ ਬਹੁਤ ਸਵਾਦ ਆਉਂਦਾ ਸੋ ਇਦਾਂ ਹੁੰਦਾ ਹੀ ਰਹਿੰਦਾ ਮੇਨਾਂ ਪਰ ਜਦੋਂ ਨਹੀਂ ਹੁੰਦਾ ਮੈਂ ਬਹੁਤ ਮਿਸ ਕਰਦਾ ਕਿ ਯਾਰ ਅੱਜ ਕੁਝ ਹੋਇਆ ਹੀ ਨਹੀਂ ਆ ਸਵਾਦ ਹੀ ਨਹੀਂ ਆ ਰਿਹਾ ਯਾ ਇਸ ਸਵਾਲ ਤੁਹਾਡੇ ਤਿੰਨਾਂ ਨੂੰ ਤੇਰੀ ਮੇਰੀ ਗੱਲ ਬਣ ਗਈ ਮੂਵੀ ਵਿੱਚ ਗੁੱਗੂ ਗਿਲਜੀ ਇੱਕ ਅਹਿਮ ਕਿਰਦਾਰ ਅਦਾ ਕਰ ਰਹੇ ਨੇ ਤੇ ਗੁੱਗੂ ਗਿਲਜੀ ਵੈਸੇ ਵੀ ਹਰ ਕਿਸੇ ਲਈ ਲਾਰਜਰ ਦੈਨ ਲਾਈਫ ਪਰਸਨੈਲਿਟੀ ਨੇ ਤੁਹਾਨੂੰ ਜੇ ਮੌਕਾ ਮਿਲੇ ਉਹਨਾਂ ਦੀ ਕੋਈ ਇੱਕ ਕੁਆਲਿਟੀ ਲੈਣ ਦਾ ਤਾਂ ਤੁਸੀਂ ਕਿਹੜੀ ਕੁਆਲਿਟੀ ਲੈਣਾ ਪਸੰਦ ਕਰੋਗੇ ਕੁਆਲਿਟੀਆਂ ਅਲੱਗ-ਅਲੱਗ ਹੋਣੀਆਂ ਚਾਹੀਦੀਆਂ ਨੇ oh i'll go for I, i think his yeah, never yeah. aging um looks i mean i think gugu sir and his patience uh that is a quality that i would take two qualities <laughs> uh i think um, he's

such kind of artist is yeah. very important and uh, he, he is very very uh, affectionate person yeah ਔਰ ਆਸ ਵੈਰੀ ਪੋਜ਼ਿਟਿਵ ਯਾ ਵੈਰੀ ਪੋਜ਼ਿਟਿਵ ਓਕੇ ਤੇ ਮੈਂ ਮੈਂ ਪਾਜੀ ਨੂੰ ਪੋਜ਼ਿਟਿਵ ਰਹਿਣਾ ਚਾਹੁੰਦਾ ਮੈਨੂੰ ਲੱਗਦਾ ਉਹ ਪੋਜ਼ਿਟਿਵ ਆ ਉਹ ਹਮੇਸ਼ਾ ਹਰ ਇੰਟਰਵਿਊ ਚ ਵੀ ਕਹਿੰਦੇ ਪਿਆ ਕਿ ਮੇਰੀ ਇਸ ਅੱਜ ਜਵਾਨੀ ਪਿੱਛੇ ਜਾਂ ਮੈਂ ਅੱਜ ਵੀ ਯੰਗ ਦੇਖਦਾ ਜਾਂ ਅੱਜ ਵੀ ਮੈਂ 30 ਸਾਲ ਪੁਰਾਣਾ ਵਾਂਗੂ ਹੀ ਅੱਜ ਵੀ ਦੇਖਦਾ ਮੈਨੂੰ ਲੱਗਦਾ ਉਹ ਹਰ ਇੰਟਰਵਿਊ ਚ ਇਹ ਕਹਿ ਰਿਹਾ ਕਿ ਮੈਂ ਪੋਜ਼ਿਟਿਵ ਬਹੁਤ ਹਾਂ ਮੇਰੇ ਤੇ ਮਾਲਕ ਦੀ ਮਿਹਰ ਬਹੁਤ ਹੈ ਮੈਨੂੰ ਇਦਾਂ ਲੱਗਦਾ ਕਿ ਮੈਂ ਉਹਨਾਂ ਤੋਂ ਇਹ ਕੁਆਲਿਟੀ ਲੈਣੀ ਚਾਹੁੰਦਾ ਕਿ ਹਰ ਚੀਜ਼ ਨੂੰ ਪੋਜ਼ਿਟਿਵ ਦੇਖਣਾ ਚਾਹੁੰਦਾ ਮੈਂ ਲਾਈਫ ਚ ਸੋ ਉਹ ਉਹ ਉਦਾਂ ਦਾ ਉਹ ਪੋਜ਼ਿਟਿਵ ਹੋ ਗਿਆ ਮੈਨੂੰ ਲੱਗਦਾ ਮੈਂ ਵੀ ਉਦਾਂ ਦਾ ਹੀ ਹੋਊਂਗਾ ਫਿਰ so yeah positivity yeah. ਰੁਬੀਨਾ ਮੈਂ ਆਪਣੇ ਸਿਸਟਮ ਦੁਆਰਾ ਤੁਹਾਡਾ ਗੂਗਲ ਪੇ ਚੈੱਕ ਕਰ ਰਹੀ ਸੀ ਤੇ ਉਹਦੇ ਵਿੱਚ ਇੱਕ ਪੁਆਇੰਟ ਆਇਆ ਪਾਰਟਨਰ ਤੇ ਉਹਦੇ ਅੱਗੇ ਲਿਖਿਆ ਹੋਇਆ ਸੀ ਗੁਰਬਖਸ਼ ਚਹਿਲ ਜਰਾ ਉਹਦੇ ਬਾਰੇ ਦੱਸੋ ਸੁਰੀਲੀ ਜਾਨਣਾ ਚਾਹੁੰਦੀ ਹੈ ਅਬਾਊਟ ਗੁਰਬਖਸ਼ ਚਹਿਲ ਓਕੇ ਆ ਸੋ ਗੁਰਬਖਸ਼ ਚਹਿਲ ਇਜ਼ ਮਾਈ ਫਿਆਂਸੇ ਦੈਟ ਇਜ਼ ਐਂਡ He's a uh, my life partner, both the wedding and so uh, And that's it. <laughs> <laughs> he's a charming person. I think he's really charming because yes. <laughs> she is very happy. Yes. That's true. Touch wood. Yes. <laughs> 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 he's made me a very content person. <laughs> <laughs> touch wood. <laughs> touch wood. <laughs> yes. Hey, can I make you a guest invite? Ki tapne Oh yes, yes. Akel. So. Uh, <laughs> They can't film bhi aa rahi hai rubina Tusi saadi audience new, channa pao. so september 9th new teri meri gal is releasing and the spark about this film is uh, it's akhil's debut and dashing gugu gilsar and priti ma'am will be seen on screen together so please uh, zarur jao film can. it's a lovely film priti ma'am has worked really really hard she's directed the film so september 9th teri meri gal priti ma'am ਮੈਂ ਸਾਰਿਆਂ ਨੂੰ ਰਿਕਵੈਸਟ ਕਰਾਂਗੀ ਕਿ ਫਿਲਮ ਦਾ ਅਸਲੀ ਮਜ਼ਾ ਵੱਡੇ ਪਰਦੇ ਤੇ ਵੇਖਣ ਦਾ ਹੈ ਤੇ ਜ਼ਰੂਰ ਜਾ ਕੇ ਆਪਣੀ ਨਜ਼ਦੀਕੀ ਥੀਏਟਰ ਚ ਦੇਖੋ ਤੇਰੀ ਮੇਰੀ ਗੱਲ ਬਣ ਗਈ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਮੇਰੀ ਪਹਿਲੀ ਫਿਲਮ ਆ ਰਹੀ ਹੈ ਤੇਰੀ ਮੇਰੀ ਗੱਲ ਬਣ ਗਈ 9 ਸਤੰਬਰ ਨੂੰ ਸਿਨੇਮਾ ਚ ਰਿਲੀਜ਼ ਹੋ ਰਹੀ ਹੈ ਤੋਂ ਮੇਰੀ ਰਿਕੁਐਸਟ ਹੈ ਪਲੀਜ਼ ਸਾਰੇ ਜਾਣੇ ਜਾ ਕੇ ਆਪਣੀਆਂ ਫੈਮਲੀਆਂ ਨਾਲ ਫਿਲਮ ਜ਼ਰੂਰ ਦੇਖ ਕੇ ਆਈਏ ਕਿਉਂਕਿ ਇੱਕ ਫੈਮਲੀ ਫਿਲਮ ਹੈ ਸਾਡੇ ਮੈਮ ਨੇ ਅਸੀਂ ਸਾਰਿਆਂ ਨੇ ਤੇ ਬਹੁਤ ਮਿਹਨਤ ਕੀਤੀ ਹੈ ਸੋ ਸਾਡਾ ਬਹੁਤ ਟਾਈਮ ਲੱਗਾ ਫਿਰ ਕੋਵਿਡ ਆ ਗਿਆ ਸੋ ਅਸੀਂ ਸਾਡੇ ਸਾਰਿਆਂ ਦੀ ਬਹੁਤ ਪੇਸ਼ੈਂਸ ਹੈ ਇਹਦੇ ਚ ਸੋ ਪਲੀਜ਼ ਸਾਰੇ ਜਾਣੇ ਜਾ ਕੇ 9 ਸਤੰਬਰ ਨੂੰ ਫਿਲਮ ਦੇਖ ਆਈਏ ਵਾਹ ਬਈ ਮਜ਼ਾ ਆ ਗਿਆ ਤੇ ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਵਿਦਾ ਲੈਣ ਦਾ ਪਰ ਸਭ ਤੋਂ ਪਹਿਲਾਂ ਤੁਹਾਨੂੰ ਲੈਣੀ ਪਊਗੀ ਸੈਲਫੀ ਸੁਰੀਲੀ ਦੇ ਨਾਲ ਲਓ ਜੀ ਹੁਣ ਮਿਲਦੇ ਆਂ ਅਗਲੇ ਸੰਡੇ 4:30 ਵਜੇ ਨਵੇਂ ਕਲਾਕਾਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਦ ਕ੍ਰਾਸ ਇੰਟਰਵਿਊ ਸੀਜ਼ਨ 2 ਆਪਣੀਆਂ ਫੇਵਰਿਟ ਪੰਜਾਬੀ ਫਿਲਮਾਂ ਅਤੇ ਸ਼ੋਅਜ਼ ਦੇਖਣ ਲਈ ਸਬਸਕ੍ਰਾਈਬ ਕਰੋ ਪਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ